ਗੁਰਸਿੱਖ ਹੋਰ ਧਿਆਨ ਦਿਓ। ਜਦੋਂ ਤੁਸੀਂ ਕਹਿੰਦੇ ਹੋ ਆਇਆ ਦੂਰੋਂ ਚੱਲ ਕੇ ਨਹੀਂ ਗਾ ਪਾਠ ਕਹਿ ਆ, ਦੋ ਲਾਵਾਂ ਇਤਨਾ ਹੀ ਸੁਧਾਰਦੇ ਸੁਧਾਰਦੇ ਬਾਣੀ ਨੂੰ ਇੰਨੇ ਪਿਆਰ ਨਾਲ ਪੜ੍ਹੋ ਵੀ ਇਹ ਬਾਣੀ ਤੁਹਾਡੇ ਅੰਦਰ ਅੰਮ੍ਰਿਤ ਦਾ ਚਸ਼ਮਾ ਬਣ ਕੇ ਫੁੱਟੇ। ਹਉ ਆਇਆ ਚੱਲ ਕਹਿ, ਧਿਆਨ ਦਿਓ। ਹੁਣ ਤੁਸੀਂ ਮਾਲਕ ਦੇ ਚਰਨਾਂ 'ਚ ਬੇਨਤੀ ਕੀਤੀ ਆਪਣਾ ਨਾਮ ਜਪਾਵੋ ਅਤੇ ਅੱਜ ਪਿਤਾ ਜੀ ਨੂੰ ਹੋਰ ਵੀ ਕੁਝ ਪੁੱਛਿਓ, ਸਾਹਿਬ ਜੀ ਮੇਰੇ ਚਾਰ ਚੁਫੇਰੇ ਜਾਲ ਵਿਛਿਆ ਇਹ ਨਾਮ ਜਪਣ ਦੀ ਜਾਚ ਦੱਸਣ ਵਾਲਿਆਂ ਦਾ, ਨਾਮ ਜਪਣ ਦੀ ਜਾਲ ਵਿਛਿਆ ਹੈ ਅਤੇ ਬਹੁਤ ਸਾਰੀਆਂ ਜਿੰਦਾਂ ਮੇਰੀਆਂ ਸੰਗੀ ਸਾਥੀ ਉਸ ਜਾਲ 'ਚ ਫਸ ਚੁੱਕੇ, ਮਗਰ ਬਣਿਆ ਕੁਝ ਨਹੀਂ। ਆਖੋ ਵਾਹਿਗੁਰੂ। ਜਿਹੜੇ ਜਿਹੜੇ ਫਸ ਚੁੱਕੇ ਨੇ ਵੱਖਰੀਆਂ ਵੱਖਰੀਆਂ ਜੁਗਤੀਆਂ ਨਾਲ ਨਾਮ ਜਪਣ ਵਾਲਿਆਂ ਦਾ, ਨਹੀਂ ਨਹੀਂ ਬਣਿਆ ਕੁਛ ਨਹੀਂ ਤਾਂ ਅੱਜ ਤੇ ਧਰਤੀ 'ਤੇ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਗੁਰਮੁਖ ਬਣ ਗਏ ਹੁੰਦੇ। ਜੇ ਜਾਚ ਸਿੱਖ ਸਿੱਖ ਕੇ ਜਪਣ ਵਾਲੇ ਲੋਕ ਕਿਤੇ ਟਿਕਾਣੇ 'ਤੇ ਪਹੁੰਚ ਜਾਂਦੀ ਗੱਲ ਤਾਂ ਪੰਥ ਦੇ ਵਿੱਚ ਬੜੇ ਹਰੇ ਬੂਟੇ ਹੋ ਜਾਣੇ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡਾ ਚੱਲ ਰਿਹਾ ਸ਼ਹੀਦੀ ਜਨਮ ਦਿਨ, ਆਖੋ ਵਾਹਿਗੁਰੂ, ਅਤੇ ਸਾਰਾ ਸਾਲ ਮਨਾਉਣਾ ਹੈ। ਬਾਣੀ ਤੁਹਾਡੀ ਦੀ ਕਥਾ ਹੋ ਰਹੀ, ਬੀਬਾ ਕਿੱਧਰ ਧਿਆਨ, ਪੁੱਤ ਬੜਾ ਕੀਮਤੀ ਵਚਨ ਆਉਣ ਲੱਗਾ। ਸਾਰਾ ਸਾਲ ਤੁਹਾਡੇ ਅੰਮ੍ਰਿਤਮਈ ਵਚਨਾਂ ਦੀ ਕਥਾ ਚੱਲਣੀ ਅਤੇ ਮੈਂ ਪੁੱਛਣਾ ਚਾਹੁੰਦਾ ਹੈ, ਤੁਸੀਂ ਵੀ ਕੋਈ ਯੁਕਤੀ ਦੱਸ ਦਿਓ। ਪਤਾ ਨਹੀਂ ਲੱਗਾ ਪੁੱਤ, ਸੁਸਤ ਲੱਗਦੇ ਹੋ, ਤੁਸੀਂ ਖੁਦ ਵੀ ਆਪਣੀ ਰਸਨਾ ਤੋਂ ਕੋਈ ਨਾਮ ਜਪਣ ਦੀ ਖੁੱਲ੍ਹੋ, ਜੁਗਤੀ ਦੱਸ ਦਿਓ ਤੁਸੀਂ। ਅਤੇ ਪੂਰਾ ਗੁਰੂ ਕੀ ਹੋਇਆ, ਮੁਕਤ ਭੁਗਤ ਜੁਗਤ ਜੀ ਕਾ ਦਾਤਾ, ਮੁਕਤ ਭੁਗਤ ਜੁਗਤ ਖੁੱਲ੍ਹਦੇ ਨਹੀਂ, ਖੁੱਲ੍ਹੋ ਨਾ। ਇਹ ਜਿਹਨੂੰ ਮੱਥਾ ਟੇਕਿਆ ਨਾ, ਜਿਹਨੂੰ ਮੱਥਾ ਟੇਕਿਆ ਇਹ ਮੁਕਤ ਭੁਗਤ ਜੁਗਤ ਜੀ ਕਾ, ਇਸ ਮਾਲਕ ਕੋਲ ਆਓ, ਇਹਨੂੰ ਵੀ ਪੁੱਛੋ, ਸਤਿਗੁਰੂ ਤੁਸੀਂ ਵੀ ਮੁਕਤੀ ਦੇ ਅਤੇ ਜੁਗਤੀ ਦੇ ਦਾਤੇ ਹੋ, ਮੈਂ ਨਾਮ ਹੁਣ ਜਪਣਾ ਚਾਹੁੰਦੀ ਹਾਂ, ਮੇਰੀ ਰੂਹ ਨੂੰ ਭੁੱਖ ਲੱਗ ਗਈ ਆ ਵੀ ਨਾ ਮੈਂ ਨਾਮ ਜਪਾਂ, ਤੁਸੀਂ ਜੁਗਤੀ ਦੱਸੋ ਕੋਈ। ਅਤੇ ਬਾਬਾ ਤੇਗ ਬਹਾਦਰ ਪਾਤਸ਼ਾਹ ਗੁਰਦੇਵ ਕਹਿੰਦਾ ਵੀ ਜੇਬਾ ਗੁਣ ਗੋਬਿੰਦ ਭਜੋ, ਬੋਲੋ ਭਲਾ, ਜੇਬਾ ਨਾਲ ਉਸ ਮਾਲਕ ਦੇ ਗੁਣਾਂ ਦਾ ਭਜਨ ਕਰੋ, ਜੋ ਕਹਿੰਦੇ ਹੋ ਉਹਨੂੰ ਕਰਨ ਸੁਣੋ ਹਰ ਨਾਮ। ਬੜੀ ਪਿਆਰੀ ਜੁਗਤੀ, ਵਿਹੜੇ ਪਾਰ ਕਰ ਦੂ। ਮਤ ਕੋ ਪਰਮ ਪੁੱਲੇ ਸੰਸਾਰ, ਬੋਲੋ ਮਤ ਕੋ, ਖੁੱਲ ਖੁੱਲ ਕੇ, ਮਤ ਕੋ ਪਰਮ ਪੁੱਲੇ ਗੁਰਬਿਨ ਕੋਏ ਨਾ ਉਤਰ ਸਪਾਰ, ਗੁਰਬਿਨ ਕੋਏ ਨਾ। ਗੁਰੂ ਦੀ ਜੁਗਤੀ ਤੋਂ ਬਿਨਾਂ ਪਤਾ ਲੱਗਿਆ ਹੁਣ ਤੇਤੀ ਹੈ ਕਿਸੇ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਫਿਰ ਗੁਰੂ ਦੀ ਜੁਗਤੀ ਕੀ ਹੈ, ਜੇਬਾਂ ਨਾਲ ਵਾਹਿਗੁਰੂ ਕਹੋ ਅਤੇ ਉਸੇ ਕਹੇ ਹੋਏ ਵਾਹਿਗੁਰੂ ਨੂੰ ਕੰਨਾਂ ਨਾਲ ਸੁਣੋ। ਅਤੇ ਕਮਾਲ ਦੀ ਗੱਲ ਆ, ਇੰਨੇ ਸੋਹਣੇ ਬਚਨ ਲਿਖੇ ਨੇ ਸਰਕਾਰ ਨੇ,
ਕਹੋ ਨਾਨਕ ਸੁਣ ਰੇ ਮਨਾ, ਪਰੇ ਨਾ ਜਮ ਕਹਿ ਧਾਮ, ਧਾਮਣ ਦਾ ਘਰ। ਜੇ ਤੂੰ ਮੂੰਹ ਤੋਂ ਕਹਿ ਕੇ ਕੰਨਾਂ ਤੋਂ ਸੁਣਿਆ ਕਰੇਗਾ ਨਾ ਰੋਜ਼ ਨਾਮ ਜਪਦਾ ਜਪਦਾ, ਤਾਂ ਮੈਂ ਤੈਨੂੰ ਗਰੰਟੀ ਦੇਣਾ ਤੂੰ ਜਮਾਂ ਦੇ ਘਰ ਨਹੀਂ ਜਾਏਗਾ। ਵੇਖੋ ਮੈਂ ਤਾਂ ਨਹੀਂ ਕਹਿ ਰਿਹਾ, ਇਤਨਾ ਹੀ ਲਿਖਿਆ, ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ। ਅੱਗੇ ਕੀ ਘੱਟ ਆਉਂਦੀ ਲੱਗਦੀ, ਉੱਚੀ ਬੋਲੋ ਜੇ ਆਉਂਦੀ ਤੇ, ਪਰਹੇ ਪਰੇ ਨਹੀਂ ਪਰਹੇ, ਪਰੇ ਨਾ ਜਮਾਂ ਦੇ ਘਰ 'ਚ ਨਹੀਂ ਤੈਨੂੰ ਜਾ ਕੇ ਸੁੱਟਣਗੇ। ਜੇ ਤੂੰ ਇਤਨਾ ਜਪੇਗਾ ਮੂੰਹ ਤੋਂ ਕਹਿ ਕੇ ਕੰਨਾਂ ਤੋਂ ਸੁਣੇਗਾ, ਕਰੋ ਹਟਰਾਈ ਭਲਾ, ਵਾਹਿਗੁਰੂ 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 ਵਾਹਿ, ਹਾਂ ਹਾਂ ਗੁਰੂ ਜਿੰਦੇ ਰਹੋ। ਹੁਣ ਸੁਣੋ ਮੂੰਹ ਤੋਂ ਕਿਹਾ, ਮੂੰਹ ਤੋਂ ਕਹਿ ਬੋਲ ਨੂੰ ਸੁਣੋ ਕੰਨਾਂ ਨਾਲ, ਸਮਾਧੀਆਂ ਲੱਗ ਜਾਣਗੀਆਂ, ਇਨਕਲਾਬ ਆ ਜਾਊ। ਗੁਰੂ ਪੂਰਾ ਗੁਰੂ ਚਲੋ 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 ਅੱਗੇ ਨੂੰ, ਪਿੱਛੇ ਮੁੜਨ ਬਾਰੇ ਨਾ ਸੋਚਿਓ, ਪਾਛੇ ਭਾਵਨਾ ਦੀਜੀਏ। ਗੁਰੂ ਗੁਰੂ
ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਛ ਅਨੁਭਵ ਹੋਇਆ ਦੱਸੋ ਧੀਓ, ਗੁਰਸਿੱਖੋ ਦੱਸੋ, ਕੁਛ ਅਨੁਭਵ ਹੋਇਆ ਬਾਬੇ ਤੇਗ ਬਹਾਦਰ ਸਾਹਿਬ ਦੀ ਜੁਗਤੀ। ਇੱਕ ਗੱਲ ਹੋਰ ਨੋਟ ਕਰਿਓ, ਸਾਡੇ ਤੁਸੀਂ ਭੈਣ ਭਰਾ ਆਪਾਂ ਪਰਿਵਾਰ ਬੈਠੇ ਹਾਂ, ਇਹਨੂੰ ਜਦੋਂ ਤੁਸੀਂ ਹੁਣ ਮੇਰੇ ਕੋਲੋਂ ਸੁਣਿਆ ਹੈ ਅਤੇ ਜਦੋਂ ਤੁਸੀਂ ਗੱਲਾਂ ਕਰਨੀਆਂ ਤੁਸੀਂ ਇਹ ਕਹਿਣਾ ਪਰਮਜੀਤ ਸੋਹਣੇ ਦੱਸੀ ਇਹ ਗੱਲ, ਫਿਰ ਪਾਰ ਉਤਾਰਾ ਨਹੀਂ ਹੋਣਾ। ਜਿੱਦਣ ਘਰ ਜਾ ਕੇ ਗੱਲ ਕਰੋਗੇ ਅੱਜ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਸੁਣ ਕੇ ਆਇਆ ਵੀ ਨਾਮ ਕਿਤਨਾ ਜਪਣਾ, ਆਖੋ ਵਾਹਿਗੁਰੂ। ਅਤੇ ਸੱਚੀ ਮੁੱਚੀ ਪਰਮਜੀਤ ਸਿੰਘ ਤੋਂ ਸੁਣਿਆ, ਸੁਰਜੀਤ ਸਿੰਘ ਤੋਂ ਸੁਣਿਆ, ਗਿਆਨ ਸਿੰਘ ਤੋਂ ਸੁਣਿਆ, ਕਨਫਿਊਜ਼ਨ ਰਹਿਣੀ ਆ ਵੀ ਪਤਾ ਨਹੀਂ ਗਲਤ ਦੱਸਦਾ ਹੈ ਕਿ ਠੀਕ ਦੱਸਦਾ, ਨਹੀਂ ਪਤਾ ਲੱਗ ਰਿਹਾ। ਕਿਸੇ ਕੋਲੋਂ ਏ ਬੀ ਸੀ ਡੀ ਕੋਲੋਂ ਤੁਸੀਂ ਸੁਣਿਆ ਅਤੇ ਕਨਫਿਊਜ਼ਨ ਰਹਿਣੀ ਆ, ਅਤੇ ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਦਾ, ਮੇਰੇ ਨੇਤਰਾਂ ਵੱਲ ਵੇਖੋ, ਕਨਫਿਊਜ਼ਨ ਰਹਿਣੀ ਚਾਹੀਦੀ ਵੀ ਆ ਬੰਦੇ ਕੋਲੋਂ ਸੁਣੀ ਹੋਈ ਗੱਲ ਦੇ ਉੱਤੇ, ਰਹਿਣੀ ਚਾਹੀਦੀ ਆ ਵੀ ਪਤਾ ਨਹੀਂ ਇਹ ਸੱਚਾ ਹੈ ਕਿ ਝੂਠਾ ਹੈ, ਕਿਸੇ ਦੇ ਅੰਦਰ ਨੂੰ ਤੁਸੀਂ ਨਹੀਂ ਜਾਣਦੇ। ਮਗਰ ਜਿਸ ਪਿਤਾ ਜੀ ਨੇ ਇਹ ਗੱਲ ਦੱਸੀ, ਗੁਰੂ ਤੇਗ ਬਹਾਦਰ ਸਾਹਿਬ ਨੇ, ਉੱਤੇ ਤੁਸੀਂ ਕਨਫਿਊਜ਼ ਨਹੀਂ ਹੋ ਸਕਦੇ, ਦੋ ਰਾਇਆਂ ਨਹੀਂ ਰਹਿ ਸਕਦੀਆਂ। ਮੇਰੇ ਗੁਰੂ ਨੇ ਕਿਹਾ, ਮੇਰੇ ਗੁਰੂ ਨੇ ਕਿਹਾ ਵੀ ਜੋ ਮੂੰਹ 'ਚੋਂ ਬੋਲ ਬੋਲਣਾ ਉਹਨੂੰ ਕੰਨਾਂ ਨਾਲ ਸੁਣਨਾ ਹੈ। ਤੁਸੀਂ ਬੜੀ ਵਾਰ ਪੜ੍ਹਿਆ, ਸੁਣ ਸੁਣ ਮੇਰੀ ਕੰਮ ਨਹੀਂ, ਖੁੱਲ੍ਹ ਕੇ ਬੋਲੋ, ਸੁਣ ਜੋ ਮੇਰੀ ਇਹ ਜਿੰਦੇ ਜਪਦੀ ਹੈ, ਜੋ ਬਾਣੀ ਪੜ੍ਹਦੀ ਹੈ ਉਹਨੂੰ ਕੰਨਾਂ ਨਾਲ ਸੁਣ, ਜੋ ਬਾਣੀ ਪੜ੍ਹਦੀ ਹੈ ਉਹਨੂੰ, ਐਸਾ ਹੀ ਤਾਂ ਦੁਖਾਂਤ ਆ। ਪੰਜ ਬਾਣੀਆਂ ਪੜ੍ਹੀਆਂ ਗਈਆਂ, ਆਪਣੇ ਆਪ 'ਤੇ ਕੁਐਸਚਨ ਕਰਦਾ ਵੀ ਪੰਜ ਪੜ੍ਹੀਆਂ ਵੀ ਗਈਆਂ, ਕਰਦਾ ਕਿ ਨਹੀਂ ਬੋਲੋ, ਆਪਣੇ ਆਪ ਨਾਲ ਹੀ ਗੱਲ ਕਰਦਾ ਵੀ ਪਤਾ ਹੀ ਨਹੀਂ ਲੱਗਾ ਪੰਜ ਬਾਣੀਆਂ ਕਦੋਂ, ਕਿਉਂਕਿ ਤੂੰ ਤਾਂ ਇੱਥੇ ਹੀ ਨਹੀਂ ਸੈਂ। ਸਿੰਧ ਪ੍ਰਾਂਤ ਪਾਕਿਸਤਾਨ ਦੇ ਵਿੱਚ ਇੱਕ ਬੱਚੀ ਮੈਨੂੰ ਨਨਕਾਣਾ ਸਾਹਿਬ ਮਿਲੀ, ਆਖੋ ਵਾਹਿਗੁਰੂ। ਅਤੇ ਮੈਨੂੰ ਕਹਿੰਦੀ, ਬਾਬਾ ਮੈਂ ਅੰਮ੍ਰਿਤ ਛਕਿਆ ਸਿੰਧੀਆਂ ਦੀ ਧੀ ਨੇ, ਇਕਾਂਤ 'ਚ ਬੈਠੀ ਸੀ ਨਨਕਾਣਾ ਸਾਹਿਬ ਬਾਹਰ ਪਾਰਕ ਵਿੱਚ ਮੇਰੇ ਕੋਲ। ਮੈਂ ਕਿਹਾ ਬੱਚੀ ਇਹ ਨਿਤਨੇਮ ਕਰਦੀ ਹੈ, ਆਖੋ ਵਾਹਿਗੁਰੂ। ਮੇਰਾ ਪ੍ਰਚਾਰਕ ਦਾ ਧਰਮ ਕੀ ਹੈ ਤੁਹਾਨੂੰ ਪੁੱਛਣਾ, ਮੈਂ ਤੁਹਾਨੂੰ ਇਹ ਨਾ ਪੁੱਛਾਂ ਤੁਹਾਡੀਆਂ ਗੱਡੀਆਂ ਕਿੰਨੀਆਂ ਨੇ, ਮੇਰਾ ਧਰਮ ਆ ਪ੍ਰਚਾਰਕ ਦਾ। ਸਭ ਤੋਂ ਪਹਿਲੀ ਮੈਂ ਗੱਲ ਤੁਹਾਨੂੰ ਪੁੱਛਾਂ, ਅੰਮ੍ਰਿਤ ਛਕਿਆ, ਜੇ ਅੰਮ੍ਰਿਤ ਛਕਿਆ ਤੁਹਾਡੇ ਵੱਲੋਂ ਸਿਰ ਹਿੱਲੇ ਤਾਂ ਮੇਰਾ ਕੁਐਸਚਨ ਹੋਣਾ ਚਾਹੀਦਾ, ਜੋ ਪੰਜ ਪਿਆਰਿਆਂ ਨੇ ਤੈਨੂੰ ਮਰਿਆਦਾ ਸੁਭਾਈ ਸੁਣਾਈ ਉਹਨੂੰ ਦ੍ਰਿੜ ਕੀਤਾ ਹੀ, ਅਤੇ ਤੁਸੀਂ ਮੈਨੂੰ ਕੁਐਸਚਨ ਕਰੋ ਵੀ ਥੋੜ੍ਹਾ ਜਿਹਾ ਵਿਸਰ ਗਈ, ਦੱਸੋ, ਆਖੋ ਵਾਹਿਗੁਰੂ। ਅਤੇ ਮੇਰਾ ਧਰਮ ਆ ਮੈਂ ਤੁਹਾਨੂੰ ਆਖਾਂ, ਸੁਣ ਰਹੇ ਹੋ ਜੀ, ਮੇਰਾ ਧਰਮ ਆ ਮੈਂ ਤੁਹਾਨੂੰ ਆਖਾਂ, ਤੁਹਾਨੂੰ ਪੰਜ ਪਿਆਰਿਆਂ ਨੇ ਇਹ ਕਿਹਾ ਸੀ ਅੱਜ ਤੋਂ ਇਹ ਪੰਜ ਕਕਾਰ ਸਰੀਰ ਤੋਂ ਵੱਖਰੇ ਨਹੀਂ ਕਰਨੇ, ਆਖੋ ਵਾਹਿਗੁਰੂ। ਤੁਹਾਨੂੰ ਪੰਜ ਪਿਆਰਿਆਂ ਨੇ ਇਹ ਕਿਹਾ ਸੀ ਕੰਘਾ ਦੋਨੋਂ ਵਕਤ ਕਰ, ਰਿਮਾਇੰਡ ਕਰਾਵਾਂ ਤੁਹਾਨੂੰ, ਆਖੋ ਵਾਹਿਗੁਰੂ। ਗੁਰੂ ਦੀ ਦੱਸੀ ਮਰਿਆਦਾ ਬੋਲਿਆ ਕਰੋ ਨਾ, ਗੁਰੂ ਦੀ, ਉਹਨੂੰ ਮੇਰਾ ਪ੍ਰਚਾਰਕ ਦਾ ਕੀ ਧਰਮ ਹੈ ਤੁਹਾਨੂੰ ਰਿਮਾਇੰਡ ਕਰਾਵਾਂ, ਮੈਂ ਤੁਹਾਨੂੰ ਇਹ ਚੇਤਾ ਕਰਾਵਾਂ ਵੀ ਪੰਜ ਪਿਆਰਿਆਂ ਤੁਹਾਨੂੰ ਇਹ ਵੀ ਕਿਹਾ ਵੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪੜ੍ਹ ਕੇ ਉੱਠ, ਇਹ ਸਾਰਾ ਕੁਝ ਚੇਤੇ ਕਰ। ਉਸ ਬੱਚੀ ਨੂੰ ਮੈਂ ਪੁੱਛਿਆ, ਮੈਂ ਧੀਏ ਅੰਮ੍ਰਿਤ ਛਕਿਆ? ਕਹਿੰਦੀ ਹਾਂ ਛਕਿਆ।
ਆਪ ਹੀ ਪਿਆਰ ਨਾਲ ਆਣ ਕੇ ਦੱਸਿਆ, ਬਾਬਾ ਮੈਂ ਅੰਮ੍ਰਿਤ ਛਕ ਹੈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਨਿਤਨੇਮ ਕਰਦੀ? ਪਤਾ ਨਹੀਂ ਬਸਮਾਦੀ ਰੰਗ 'ਚ ਉਤਰ ਗਈ ਕੁੜੀ, ਕਹਿੰਦੀ ਇੱਕ ਓਅੰਕਾਰ ਸਤਿਨਾਮ ਅਤੇ ਕਰਤਾ ਪੁਰਖ ਅਤੇ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਤੋਂ ਅੱਗੇ ਤੁਰਿਆ ਨਹੀਂ ਗਿਆ। ਬਹਿਨੀ ਰੋਜ਼ ਆ ਡੁੱਬ ਜਾਂਦੀ ਹਾਂ ਇੱਕ ਓਅੰਕਾਰ ਵਿੱਚ, ਨਹੀਂ ਪਤਾ ਲੱਗਾ ਡੁੱਬ ਜਾਂਦੀ ਹਾਂ ਕਾਹਦੇ 'ਚ, ਇੱਕ ਓਅੰਕਾਰ ਦੀ ਧੁਨੀ 'ਚ। ਫਿਰ ਘੰਟਿਆਂ ਬੱਧੀ ਡੁੱਬ ਜਾਂਦੀ ਹਾਂ ਸੱਤ ਨਾਮ ਵਿੱਚ, ਫਿਰ ਘੰਟਿਆਂ ਬੱਧੀ ਕਰਤਾ ਪੁਰਖ ਵਿੱਚ, ਬਾਬਾ ਮੈਂ ਡੁੱਬ ਜਾਂਦੀ। ਮੈਂ ਕੌਣ? ਮੈਂ ਆਪਣੀ ਸੁਰਤ ਵਿੱਚ ਵੇਖਦੀ ਨਿਰਭਉ। ਜਦੋਂ ਮੇਰਾ ਬਾਬਾ ਨਾਨਕ ਨਿਰਭਉ ਦੀ ਗੱਲ ਕਰਦਾ ਹੈ ਨਾ, ਆਖੋ ਹੇ ਗੁਰੂ ਪਕੜ ਰਹੇ ਹੋ ਜੀ, ਹਾਜ਼ਰ ਹੋ, ਵਜਨ ਕੀਮਤੀ ਜੇ। ਜਦੋਂ ਮੇਰਾ ਬਾਬਾ ਨਾਨਕ ਨਿਰਭਉ ਦੀ ਗੱਲ ਕਰਦਾ ਤਾਂ ਮੇਰੀ ਚੇਤਨਤਾ ਚਾਰ ਚੁਫੇਰੇ ਧਿਆਨ ਮਾਰਦੀ ਵੀ ਨਿਰਭਉ ਫਿਰ ਕੌਣ? ਡਰਪੇ ਧਰਤ ਆਕਾਸ਼ ਨਖੱਤਰਾ, ਜਿਨ੍ਹਾਂ ਜਿਨ੍ਹਾਂ ਨੂੰ ਤੁਹਾਡੇ 'ਚੋਂ ਬਾਣੀ ਆਉਂਦੀ, ਗੁਰੂ ਕੇ ਸਿੱਖ ਗੋਡਿਆਂ 'ਤੇ ਹੱਥ ਰੱਖੋ। ਕਿਤਨਾ ਬੈਠੇ ਭਾਈ ਜੀ, ਇਸ ਤਰ੍ਹਾਂ ਗੋਡਿਆਂ 'ਤੇ ਹੱਥ ਰੱਖ ਕੇ ਸਿੱਧੇ ਹੋ ਕੇ ਬੈਠੋ ਹਾਂ, ਜਿਸ ਤਰ੍ਹਾਂ ਸਾਵਧਾਨ ਇਕਾਗਰ ਚਿੱਤ ਕਹਿਆ ਹੈ ਗੁਰੂ ਸਾਹਿਬ ਨੇ ਵੀ, ਇਸ ਤਰ੍ਹਾਂ ਵਿਆਹ ਕਰੋ ਸਤਸੰਗਤ ਵਿੱਚ। ਜੈਸੇ ਤੋਂ ਮਰਾਲ ਮਿਲ ਬੈਠਤ ਹੈ ਮਾਨ ਸਰੋਵਰ, ਪਕੜੋਗੇ ਪੁੱਤ ਕਿਹਨੂੰ ਕਿਹਨੂੰ ਪਤਾ ਲੱਗਾ ਹੈ? ਜੈਸੇ ਤੋਂ ਮਰਾਲ, ਮਰਾਲ ਬਣੇ ਹੰਸ, ਮਾਨ ਸਰੋਵਰ ਅਤੇ ਹੰਸ ਇਸ ਤਰ੍ਹਾਂ ਨਹੀਂ ਬਹਿੰਦੇ ਜਿਸ ਤਰ੍ਹਾਂ ਅਸੀਂ ਬਹਿੰਦੇ ਹਾਂ। ਸੁਸਤ ਮੂੰਹ ਕਰਕੇ, ਥੱਕੇ ਚਿਹਰੇ ਕਰਕੇ ਆਖੋ ਵਾਹਿਗੁਰੂ। ਕੀ ਕਿਹਾ? ਸੁਸਤ ਮੂੰਹ ਕਰਕੇ, ਥੱਕੇ ਚਿਹਰੇ ਕਰਕੇ, ਜੇ ਕੋਈ ਮਜਬੂਰੀ ਬਸ ਕਿਸੇ ਨੇ ਫੜ ਕੇ ਪਾਇਆ ਹੁੰਦਾ ਉਸ ਤਰ੍ਹਾਂ ਅਸੀਂ ਇੱਥੇ ਬਹਿੰਦੇ ਹਾਂ। ਹੰਸ ਇਸ ਤਰ੍ਹਾਂ ਨਹੀਂ ਬਹਿੰਦਾ, ਹੰਸ ਮਾਨ ਸਰੋਵਰ 'ਤੇ ਇਸ ਤਰ੍ਹਾਂ ਬਹਿੰਦਾ ਹੈ ਵੀ ਉਹਨੂੰ ਉੱਥੋਂ ਮੋਤੀ ਮਿਲ ਰਹੇ ਨੇ ਅਤੇ ਖੁਸ਼ ਹੋ ਰਿਹਾ। ਆ ਵੇਖੋ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਤੋਂ ਮਰਾਲ, ਮਰਾਲ ਬਣੇ ਹੰਸ, ਬੋਲੋ ਪੁੱਤਰ, ਜੈਸੇ ਤੋਂ ਮਰਾਲ, ਕਿੰਨੀ ਵਾਰ ਕਹਿਣਾ ਉੱਚੀ ਉੱਚੀ ਬੋਲੋ, ਜੈਸੇ ਤੋਂ ਮਿਲ ਬੈਠਤ ਹੈ ਮਾਨ ਸਰੋਵਰ, ਮਿਲ ਉੱਥੇ ਮੁਕਤਾ ਅਮੋਲ ਖਾਏ ਖਾਏ ਬਿਕਸਾਂਤ ਹੈ। ਬਿਕਸਾਂਤ ਮੈਨੂੰ ਉਹਦਾ ਖੁਸ਼ ਹੋਣਾ, ਜਦੋਂ ਉਹਨਾਂ ਦੇ ਮੂੰਹ 'ਚ ਮੋਤੀ ਪੈਂਦੇ ਅਤੇ ਖੁਸ਼ ਹੁੰਦੇ ਕੌਣ? ਅਤੇ ਤੁਸੀਂ ਵੀ ਸਾਰੇ ਹੰਸੋ, ਮਾਨ ਸਰੋਵਰ ਸਾਹਮਣੇ ਆ, ਇਹਦੇ ਵਿੱਚੋਂ ਚੁਗਦੇ ਜਦੋਂ ਮੋਤੀ ਤਾਂ ਫਿਰ ਸੁਸਤ ਚੁਗੋ ਹਾਂ ਭਲਾ। ਵਾਹਿਗੁਰੂ 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 ਵਾਹ, ਹਾਂ ਜਿੰਦੇ ਰਹੋ। ਚੁਗੋ 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 ਮੋਤੀ, ਹੰਸਾਂ ਹੀਰਾ ਮੋਤੀ ਚੁਗਣਾ ਗੁਰਬਾਣੀ 'ਚ ਲਿਖਿਆ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਗੁਰੂ ਜਿੰਨੀ ਵਾਰ ਵਾਹਿਗੁਰੂ ਕਹਿ ਰਹੇ ਹੋ ਮੋਤੀ ਮੂੰਹ 'ਚ ਪਾ ਰਹੇ ਹੋ। ਸਮਾਂ ਦੌੜ ਜਾਣਾ ਹੈ, ਥੋੜ੍ਹਾ ਜਿਹਾ ਹੋਰ ਇਕਾਗਰ ਹੋ, ਗੁਰੂ ਕਿਰਪਾ ਕਰੇ ਤੁਹਾਡੇ ਸਿਰ 'ਤੇ ਹੱਥ ਰੱਖੇ, ਤੁਸੀਂ ਸੁਣ ਸਕੋ, ਮੇਰੇ ਸਿਰ 'ਤੇ ਹੱਥ ਰੱਖੇ, ਮੈਂ ਗੁਰੂ ਦਾ ਬਚਨ ਕਹਿ ਸਕਾਂ। ਬਾਣੀ 'ਚ ਇੱਕ ਬਚਨ ਲਿਖਿਆ, ਉਹ ਬੱਚੀ ਤੋਂ ਚੇਤਾ ਆਉਂਦਾ ਸੀ, ਵੱਖਰ ਨਾਮ ਬੋਲੋ, ਵੱਖਰ ਮੈਨੇ ਕੀ ਹੁੰਦਾ ਪੁੱਤ, ਨਹੀਂ ਸੌਦਾ, ਜਿਸ ਵੱਖਰ ਕੋ ਲੈਣ ਤੂੰ ਆਇਆ, ਪੜ੍ਹਦੇ ਨਹੀਂ ਸਕੂ ਨਹੀਂ ਸਰ, ਵੱਖਰ ਮੈਨੇ ਸੌਦਾ। ਇੱਥੇ ਵੀ ਤੁਸੀਂ ਜਿੰਨੇ ਆਏ ਹੋ ਨਾ, ਤੁਸੀਂ ਇੱਥੇ ਲੋਕ ਵੇਖਣ ਆਏ, ਲੋਕ ਵਿਕਣ ਹੀ ਆਏ। ਜੇ ਮੈਂ ਲੋਕ ਵੇਖਣੇ ਹੋਣ ਤਾਂ ਬਾਜ਼ਾਰ 'ਚ ਬਹੁਤ ਨੇ, ਮੌਲ 'ਚ ਬਹੁਤ ਨੇ। ਇਸ ਸਤਿਗੁਰੂ ਦੇ ਦਰਬਾਰ 'ਚ ਤੁਸੀਂ ਨਾਮ ਦਾ ਸੌਦਾ ਵੇਖਣ ਆਏ ਹੋ, ਵੱਖਰ ਨਾਮ ਦੇਖਣ ਕੋਈ ਜਾਏ। ਭਾਈ ਮਹਿਲ ਸਿੰਘ ਬੈਠੇ, ਸ਼ਾਇਦ ਉਹਨਾਂ ਨੂੰ ਗੁਰਬਾਣੀ ਇਕੰਠ ਹੋਵੇ, ਤੁਹਾਡੇ 'ਚੋਂ ਕੁਝ ਰੂਹਾਂ ਜਿਹੜੇ ਬਾਣੀ ਨਾਲ ਪਿਆਰ ਕਰਨ ਵਾਲੇ ਨੇ, ਜਿਹੜੇ ਵਾਹਵਾ ਬਾਣੀ ਨਿਰੰਕਾਰ ਨਾਲ ਪਿਆਰ ਕਰਨ ਵਾਲੇ ਆ, ਜਿਹੜੇ ਬਾਣੀ ਗੁਰੂ ਗੁਰੂ ਹੈ ਇਹਦੇ ਨਾਲ ਪਿਆਰ ਕਰਨ ਵਾਲੇ, ਵੱਖਰ ਨਾਮ ਦੇਖਣ ਕੋਈ ਜਾਏ। ਪਹਿਲੀ ਤਾਂ ਜਿੰਨੇ ਲੋਕ ਇੱਥੇ ਇਲਾਕੇ 'ਚ ਰਹਿੰਦੇ ਉਹਦੇ 'ਚੋਂ ਕੋਈ ਗਿਣਾ ਗਿਆ ਜਿੰਨੇ ਗਾਏ ਹੋ, ਕਿਸੇ ਕਿਸੇ ਦੀ ਤਕਦੀਰ ਖੁੱਲ੍ਹੀ ਅਤੇ ਨਾਮ ਦਾ ਸੌਦਾ ਵੇਖਣਾ ਹੈ, ਨਾਮ ਦਾ ਵੀ ਇੱਥੇ ਵਿਕਦਾ ਹੈ, ਇੱਥੇ ਨਾਮ ਦਾ ਸੌਦਾ ਵਿਕਦਾ ਹੈ, ਵਪਾਰ ਹੁੰਦਾ ਕਾਹਦਾ, ਨਾਮ ਦੇ ਸੌਦੇ ਦਾ। ਅੱਗੇ ਬੜਾ ਪਿਆਰਾ ਸ਼ਬਦ ਲਿਖਿਆ ਵੀ ਆ ਗਏ ਸਾਰੇ ਹੀ, ਵੱਖਰ ਨਾਮ ਦੇਖਣ ਕੋਈ 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 ਜਾਏ, ਕੋਈ ਜਾਏ, ਕੋਈ ਕੋਈ ਆਉਂਦਾ, ਫਿਰ ਨਾ ਕੋ ਚਾਖੇ ਨਾ ਕੋ ਖਾਏ। ਕਿਸੇ ਨੂੰ ਪਤਾ ਲੱਗਾ ਹੈ, ਬਖਸ਼ੀਸ਼ ਕੌਰ ਤੈਨੂੰ ਲੱਗਾ ਪਤਾ, ਹੁਣ ਖੁੱਲ੍ਹੇ ਹੱਟ 'ਤੇ ਹੋਵਾ ਵਪਾਰ, ਹੱਟ ਖੁੱਲ੍ਹਿਆ ਹੈ, ਵਪਾਰ ਹੋ ਰਿਹਾ, ਕੀਰਤਨ ਹੋ ਰਿਹਾ, ਕਥਾ ਹੋ ਰਹੀ, ਨਾਮ ਜਪਿਆ ਜਾ ਰਿਹਾ, ਮਗਰ ਇਹਦੇ ਵਿੱਚੋਂ ਕੋਈ ਚੱਖ ਕੇ ਤਾਂ ਨਹੀਂ ਨਾ ਵੇਂਦਾ। ਜਿਨ ਚਾਖਿਆ ਸੇ ਜਨ ਅਗਾਨੇ, ਪੂਰਨ ਪੁਰਖ ਨਹੀਂ ਡੁਲਾਨੇ, ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ। ਚਾਅ ਪੈਦਾ ਹੋ ਗਿਆ ਇੱਕ ਵਾਰ ਰਸਨਾ ਨੂੰ ਲੱਗਾ ਨਾਮ, ਅਤੇ ਸੁਪਰ ਭਰੇ, ਸੁਪਰ ਦਾ ਮਤਲਬ ਨੱਕੋ ਨੱਕ ਭਰ ਕੇ ਇੱਕ ਇੱਕ ਬੂੰਦ ਜਿਹਨੇ ਪੀ ਲਈ, ਫਿਰ ਤੁਸੀਂ ਮਹਿਸੂਸ ਕਰੋ ਜਿੰਨੀਆਂ ਮੇਰੀਆਂ ਭੈਣਾਂ ਵੀਰ ਬੈਠੇ ਹੋ, ਜ਼ਰੂਰ ਕਿਤੇ ਕਸਰ ਰਹਿ ਗਈ ਹੈ। ਜੋ ਬਾਬਾ ਕਹਿੰਦਾ ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੇ ਨਾ ਕੋ ਖਾਏ। ਅੱਜ ਅੰਮ੍ਰਿਤ ਵੇਲੇ ਇੰਡੀਆ ਤੋਂ ਵੀ ਸੰਗਤ ਜੁੜਦੀ ਸਿਮਰਨ ਵਿੱਚ, ਇੱਥੇ ਵੀ ਸਿੰਘ ਨਾਲ ਸੀ, ਨਾਮ ਜਪਦਿਆਂ ਇੱਕ ਵਚਨ ਪੜ੍ਹਦੇ ਸਾਂ, ਗੁਰ ਪਾਰਸ ਹਮਲੋ, ਬੋਲੋ ਹਮਲਾ, ਗੁਰੂ ਦਾ ਸ਼ਬਦ ਜਿਹੜਾ ਕੀ ਹੈ, ਪਾਰਸ ਹੈ ਮੇਰੀ ਸੁਰਤ,
ਇੱਥੇ ਸੁਰਤ ਅਤੇ ਸ਼ਬਦ ਦੀ ਗੱਲ ਆਪਾਂ ਕਰਨੀ, ਨਾ ਸਰੀਰ ਦੀ ਨਾ ਮਨ ਦੀ, ਮਨ ਵੀ ਨਹੀਂ ਹੈਗਾ ਇੱਥੇ, ਨਾਮ ਜਪਣ ਵਿੱਚ ਮਨ ਨਹੀਂ ਹੈਗਾ। ਆਖੋ ਵਾਹਿਗੁਰੂ, ਦੋ ਸੰਬੰਧ ਨੇ ਸੁਰਤ ਦਾ ਅਤੇ ਸ਼ਬਦ ਦਾ। ਹੁਣ ਇੱਕ ਵਾਰ ਸੁਰਤ ਪਾਰਸ ਸ਼ਬਦ ਨਾਲ ਛੋਈ ਅਤੇ ਰਿਜ਼ਲਟ ਕੀ ਆਇਆ, ਮਿਲਕੰਚਨ ਹੋਇਆ ਰਾਮ, ਇਤਨਾ ਲਿਖਿਆ। ਜੇ ਸਾਡੀ ਸੁਰਤ ਹੁਣ ਸੋਨੇ ਵਾਂਗੂੰ ਚਮਕੀ ਨਹੀਂ ਤਾਂ ਕੀ ਹੋਊਗਾ ਜਵਾਬ, ਪੁੱਤ ਦੱਸੋ ਕੀ ਕਰਾਂਗੇ, ਇਹਦਾ ਅਰਥ ਕੀ ਕਰਾਂਗੇ, ਬੋਲੋ ਨਾ ਕੋਈ ਤਾਂ ਬੋਲੋ। ਹਾਂਜੀ, ਛੋਈ ਨਹੀਂ, ਛੋਈ ਨਹੀਂ, ਬੈਠੇ ਹਾਂ ਘੰਟਿਆਂ ਬੱਧੀ। ਉੱਥੇ ਇਹ ਨਹੀਂ ਲਿਖਿਆ ਵੀ ਪਾਰਸ ਦੇ ਨਾਲ ਲੋਹੇ ਨੂੰ ਬੰਨ ਦਿੱਤਾ ਜਾਂਦਾ ਹੈ ਘੰਟਿਆਂ ਬੱਧੀ ਉਮਰਾਂ ਪ੍ਰਤੀ, ਇਸ ਤਰ੍ਹਾਂ ਨਹੀਂ ਲਿਖਿਆ। ਇੱਧਰ ਵੇਖ ਪੁੱਤ, ਸੁਣੋ ਧਿਆਨ ਨਾਲ, ਵਚਨ ਕੀਮਤੀ ਨੇ, ਮੈਂ ਪਹਿਲੋਂ ਕਿਹਾ ਸੀ, ਮਗਰ ਤੁਹਾਡੇ ਤੋਂ ਇਲਾਵਾ ਵੀ 27-28 ਹਜ਼ਾਰ ਬੰਦਾ ਫੇਸਬੁੱਕ 'ਤੇ ਸੁਣ ਰਿਹਾ, ਕਿਸੇ ਨੂੰ ਤਾਂ ਪਤਾ ਲੱਗਦਾ ਹੀ ਹੋ ਵੀ ਖਾਲਸਾ ਜੀ ਕੀ ਕਹਿ ਰਿਹਾ। ਆਖੋ ਵਾਹਿਗੁਰੂ, ਫਿਰ ਇੱਕ ਵਾਰ ਰਿਪੀਟ ਕਰਦਾ, ਗੁਰ ਪਾਰਸ ਹਮਲੋ, ਬੋਲੋ। ਗੁਰੂ ਦਾ ਸ਼ਬਦ ਕੀ ਆ? ਪਾਰਸ। ਮੇਰੀ ਸੁਰਤ ਕੀ ਹੈ? ਅਤੇ ਜੇ ਅਜੇ ਲੋਹੇ ਦਾ ਲੋਹਾ ਹੀ ਆ, ਅਤੇ ਸਾਹਮਣੇ ਸਵਾਲ ਇਹ ਪੈਦਾ ਹੁੰਦਾ ਵੀ ਪੁੱਛ ਇਹਨੂੰ ਵੀ ਇਹ ਇੰਨੇ ਚਿਰ ਤੋਂ ਜਪਦ ਦਾ ਜਾਪ ਕਰਦੀ, ਲੋਹਾ ਕਿਉਂ ਆ? ਲੋਹੇ ਦਾ ਮਤਲਬ ਕੀ ਹੈ? ਜਿਹਦੀ ਕੋਈ ਕੀਮਤ ਨਹੀਂ ਸੜਕਾਂ 'ਤੇ, ਜਿੱਥੇ ਕਿਸੇ ਦਾ ਕਾਬਲਾ ਡਿੱਗ ਪਿਆ ਕੋਈ ਚੁੱਕਦਾ ਨਹੀਂ, ਕਿਸੇ ਦੀ ਲੋਹੇ ਦੀ ਚੀਜ਼ ਡਿੱਗ ਪਈ ਕੋਈ। ਗੁਰੂ ਤੈਨੂੰ ਉਹ ਚੀਜ਼ ਬਣਾਉਣਾ ਚਾਹੁੰਦਾ ਵੀ ਜੇ ਕਿਤੇ ਤੇਰੇ ਅੰਗ ਨਾਲੋਂ ਅੰਗ ਲੱਥ ਕੇ ਟੁੱਟੇ ਵੀ ਤਾਂ ਉਹਦੀ ਵੀ ਕੀਮਤ ਹੋਵੇ। ਤੈਨੂੰ ਰੱਬ ਸੋਨਾ ਬਣਾਉਣਾ ਚਾਹੁੰਦਾ, ਮੇਰਾ ਗੁਰੂ ਤੈਨੂੰ ਪਾਰਸ ਤੋਂ ਕੰਚਨ ਬਣਾਉਣਾ ਚਾਹੁੰਦਾ, ਮਗਰ ਤੂੰ ਦੱਸ ਗੁਰੂ ਕਿਆ ਸਿੱਖਾ ਜਰਾ ਚਿੱਥ ਲਾ, ਤੂੰ ਕਿਉਂ ਨਹੀਂ ਪੁੱਛਦਾ ਆਪਣੇ ਆਪ ਨੂੰ ਵੀ ਅਜੇ ਤੱਕ ਫਿਰ ਜੇ ਸੋਨੇ ਵਾਂਗੂੰ ਚਮਕੀ ਨਹੀਂ ਤਾਂ ਛੋਈ ਨਹੀਂ? ਪੁੱਛੋ ਜੀ, ਪੁੱਛੋ ਆਪਣੇ ਆਪ ਨੂੰ, ਸੁਸਤ ਨਾ ਹੋ, ਪੁੱਛੋ ਵੀ ਮੇਰੀ ਇਹ ਜਿੰਦੇ ਮੇਰੀ ਸੁਰਤ ਅਜੇ ਸ਼ਬਦ ਨੂੰ ਛੋਈ ਨਹੀਂ ਤਾਂ ਚਮਕੀ ਨਹੀਂ, ਸੋਨਾ ਤਾਂ ਚਮਕਦਾ ਹੈ, ਸੁਮਨਾ ਤਾਂ ਕੀਮਤੀ ਬੜਾ ਹੁੰਦਾ ਹੈ। ਆਖੋ ਵਾਹਿਗੁਰੂ, ਲੋਹੇ ਦੀ ਚੀਜ਼ ਪਈ ਹੈ ਧੀਓ, ਬੱਚਿਓ, ਗੁਰਸਿੱਖੋ, ਲੋਹੇ ਦੀ ਚੀਜ਼ ਪਈ, ਕੋਈ ਪਿੱਛੇ ਮੁੜ ਕੇ ਨਹੀਂ ਵੇਂਦਾ, ਸੋਨੇ ਦੀ ਚੀਜ਼ ਪਈ, ਬੋਲੋ, ਪਿੱਛੇ ਮੁੜ ਮੁੜ ਕੇ ਲੋਕ ਵੇਂਦੇ? ਇਸ ਤਰ੍ਹਾਂ ਹੀ ਜਿਹਦੀ ਸੁਰਤ ਨਹੀਂ ਜੁੜੀ ਉਹਦੇ ਮੂੰਹ ਵੱਲ ਕੋਈ ਨਹੀਂ ਵੇਂਦਾ, ਜਿਹਦੀ ਸੁਰਤ ਜੁੜ ਗਈ ਅਤੇ ਖਿੜ ਉੱਠਿਆ ਸੱਚਮੁੱਚੀ ਉਸ ਸਿੱਖ ਦੇ ਦੀਦਾਰ ਕਰਨ ਨੂੰ ਵੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੋ ਜਹਾਨ ਦਾ ਮਾਲਕ, ਉਹਦੀ ਕੁਟੀਆ 'ਚ ਜਾਂਦਾ, ਚਮਕ ਉੱਠਿਆ ਨਾ, ਕੀ ਹੋਇਆ? ਉੱਚੀ ਬੋਲਿਆ ਕਰੋ, ਕਿਉਂ? ਛੋ ਗਿਆ ਸ਼ਬਦ ਨੂੰ, ਪਾਰਸ ਤਾਂਬੋ ਛੋਏ, ਪਾਰਸ ਤਾਂਬੇ ਨੂੰ ਜਦੋਂ ਛੋਂਦਾ ਹੈ, ਬੰਨ ਨਹੀਂ ਦੇਈਦਾ, ਛੋਂਦਾ ਐ ਨਾਲ ਹੀ ਲੱਗਿਆ ਅਤੇ ਅੱਗੇ। ਹਾਂਜੀ, ਤਾਂਬੇ ਨੂੰ ਛੋਇਆ ਪਾਰਸ ਅਤੇ ਕਣਕ ਹੋਤ ਨਹੀਂ ਬਾਰ, ਕਣਕ ਹੋਤ ਬਾਰ ਮਿੰਟ ਦੇਰ ਨਹੀਂ ਲੱਗਦੀ, ਤਾਂਬੇ ਨੂੰ ਸੋਨਾ ਬਣਦਿਆਂ ਦੇਰ ਨਹੀਂ ਲੱਗਦੀ ਜਦੋਂ ਪਾਰਸ ਨੂੰ, ਬੋਲੋ ਜੀ, ਅਤੇ ਫਿਰ ਸੰਗਦੇ ਕਿਉਂ ਜੇ? ਨਾਲ ਨਾਲ ਬੋਲੋ ਨਾ, ਉੱਚੀ ਉੱਚੀ ਚਾਹ ਚੜ੍ਹ ਜਾਏ, ਚਾਹ ਚੜ੍ਹੇ ਵਾਂਗੂ ਬੋਲੋ ਨਾ, ਹਾਂ ਹਾਂ ਪਤਾ ਲੱਗ ਗਿਆ, ਪਤਾ ਲੱਗ ਗਿਆ ਵੀ ਪਾਰਸ ਜਿੱਦਣ ਕਦੀ ਤਾਂਬੇ ਨੂੰ ਛੋ ਗਿਆ, ਸਾਲ ਨਹੀਂ ਲੱਗਣੇ, ਸਾਰੀ ਉਮਰ ਨਹੀਂ ਲੰਘ ਜਾਣੀ ਕਿ ਤੁਸੀਂ ਚਮਕੋ ਹੀ ਨਾ, ਕਣਕ ਹੋਤ
ਨਹੀਂ ਬਾਹਰ। ਛੋਟੀ ਜਿਹੀ ਉਮਰ ਦੇ ਵਿੱਚ ਕਿਸੇ ਨੂੰ ਮੱਝਾਂ ਚਾਰਦੇ ਨੂੰ ਮਿਲ ਗਿਆ ਪਾਰਸ, ਉਹ ਤਾਂਬਾ ਸੀ ਅਜੇ, ਅਤੇ ਮਿਲ ਕੌਣ ਗਿਆ? ਪਾਰਸ, ਗੁਰੂ ਨਾਨਕ ਸਾਹਿਬ ਜੀ ਮਿਲ ਗਏ। ਅਤੇ ਛੋਟੀ ਜਿਹੀ ਉਮਰ ਸੀ, ਕੋਲ ਆਣ ਕੇ ਪੁੱਛਿਆ, ਪਚੰਗੀਆ ਸਾਨੂੰ ਭੁੱਖ ਲੱਗੀ ਅਤੇ ਤੇਰੇ ਕੋਲ ਮੱਝਾਂ ਨੇ ਦੁੱਧ ਪਿਆਏਗਾ, ਇੱਧਰ ਵੇਖਿਓ ਹੁਣ ਧਿਆਨ ਨਾਲ, ਤੇਰੇ ਕੋਲ ਮੱਝਾਂ ਨੇ ਸਾਨੂੰ ਦੁੱਧ ਪਿਆਏਗਾ। ਪੰਜਾਬੀ ਆਪਣੀ ਬੋਲੀ ਨਾਲ ਬੋਲਿਆ ਕਰੋ, ਆਨੰਦ ਹੋਰ ਆਊ, ਦੁੱਧ ਪਿਆਏਗਾ। ਅਤੇ ਉਹ ਛੋਟੇ ਜਿਹੇ ਨੇ ਜਿਹਦੀ ਤਕਦੀਰ ਖੁੱਲ੍ਹੀ ਸੀ, ਅੱਜ ਉਹਨੇ ਛੋਣਾ ਸੀ, ਅੱਜ ਉਹਦੀ ਤਕਦੀਰ ਬਦਲਣੀ ਸੀ, ਪੂਰਵ ਜਨਮ ਦਾ ਸੰਯੋਗ ਪ੍ਰਗਟ ਹੋਣ ਲੱਗਾ ਸੀ। ਅਤੇ ਬੱਚੇ ਨੇ ਆਖਿਆ, ਹਾਂ ਦੁੱਧ ਸਾਡੇ ਘਰ ਬਹੁਤ ਆ, ਮੈਂ ਲੈ ਕੇ ਆਉਣਾ, ਤੁਸੀਂ ਇੱਥੇ ਬੈਠੋ, ਆਖੋ ਵਾਹਿਗੁਰੂ। ਬੱਚਾ ਘਰ ਨੂੰ ਭੱਜ ਗਿਆ, ਬੱਚਾ ਘਰ ਨੂੰ ਭੱਜ ਗਿਆ, ਘਰੋਂ ਦੁੱਧ ਲੈ ਕੇ ਆਇਆ। ਦੁੱਧ ਲਿਆ ਕੇ ਇੱਕ ਕੌਲਾ ਬਾਬੇ ਨੂੰ ਪਿਆਇਆ, ਇੱਕ ਮਰਦਾਨੇ ਨੂੰ ਪਿਆਇਆ। ਬਾਬੇ ਨੇ ਦੁੱਧ ਪੀ ਕੇ ਮੇਰੇ ਵਾਂਗੂ ਡਕਾਰ ਨਹੀਂ ਮਾਰਿਆ, ਕਿਉਂਕਿ ਉਹ ਪਾਰਸ ਸੀ, ਉਹਦੇ 'ਚ ਸੀ ਵੀ ਇਹਨੇ ਮੈਨੂੰ ਦੁੱਧ ਪਿਆਇਆ ਅਤੇ ਮੈਂ ਇਹਨੂੰ ਸੋਨਾ ਕਰਕੇ ਜਾਵਾਂ। ਆਖੋ ਵਾਹਿਗੁਰੂ। ਮੈਂ ਬਹੁਤ ਵਾਰ ਇਹ ਬਚਨ ਕਰਦਾ ਵੀ ਜਦੋਂ ਤੁਸੀਂ ਮੈਨੂੰ ਜਾਂ ਕਿਸੇ ਭਾਈ ਸਾਹਿਬ ਨੂੰ ਰੋਟੀ 'ਤੇ ਬੁਲਾਉਂਦੇ ਹੋ ਅਤੇ ਰੋਟੀ ਖਾਣ ਤੋਂ ਬਾਅਦ ਭਾਈ ਸਾਹਿਬ ਦੇ ਅੰਦਰ ਇਹ ਵਿਚਾਰ ਆਉਣੀ ਚਾਹੀਦੀ ਵੀ ਇਹਨਾਂ ਨੇ ਮੈਨੂੰ ਪ੍ਰਸ਼ਾਦਾ ਛਕਾਇਆ, ਮੈਂ ਇਹਨਾਂ ਲਈ ਕੀ ਕੀਤਾ, ਇਹ ਮੇਰੇ ਅੰਦਰ ਕੁਐਸਚਨ ਆਉਣਾ ਚਾਹੀਦਾ। ਕਮ ਸੇ ਕਮ ਇੱਕ ਜਪਜੀ ਸਾਹਿਬ ਦਾ ਪਾਠ, ਆਖੋ ਵਾਹਿਗੁਰੂ। ਇਹਨਾਂ ਨੇ ਮੈਨੂੰ ਪ੍ਰਸ਼ਾਦਾ ਛਕਾਇਆ ਅਤੇ ਮੈਂ ਇਹਨਾਂ ਲਈ ਕੀ ਕੀਤਾ, ਅਤੇ ਕਮ ਸੇ ਕਮ ਮੈਨੂੰ ਪ੍ਰਸ਼ਾਦਾ ਛਕਣ ਤੋਂ ਬਾਅਦ ਉੱਥੇ ਜਾਂ ਰਾਹ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਕਹਿਣਾ ਚਾਹੀਦਾ ਵੀ ਸਤਿਗੁਰੂ ਇਹਨਾਂ ਮੈਨੂੰ ਪ੍ਰਸ਼ਾਦਾ ਛਕਾਇਆ, ਤੇਰਾ ਸਿੱਖ ਜਾਣ ਕੇ, ਤੇਰਾ ਅਤੇ ਤੂੰ ਇਹਨਾਂ ਦਾ ਭਲਾ ਕਰੀ, ਇਹਨਾਂ ਦੇ ਪਰਿਵਾਰ ਵਿੱਚ ਆਪਣੀ ਕਲਾ ਵਰਤਾਈ, ਇਹਨਾਂ ਦੇ ਬੱਚੇ ਗੁਰਮੁਖ ਬਣ ਜਾਣ। ਦੁੱਧ ਪਿਆਇਆ ਬੱਚੇ ਨੇ ਅਤੇ ਸਰਕਾਰ ਨੇ ਅੱਖਾਂ 'ਚ ਅੱਖਾਂ ਪਾ ਕੇ ਆਖਿਆ, ਦੁੱਧ ਚੋਰੀ ਲਿਆਇਆ ਹੈ, ਆ ਪਾਰਸ ਹੁਣ ਤਾਂਬੇ ਨੂੰ ਛੋਹਣ ਲੱਗਾ, ਸ਼ਾਬਾਸ਼ ਛੋਹਣ ਲੱਗਾ, ਦੁੱਧ ਚੋਰੀ ਲਿਆਇਆ ਕਿ ਪੁੱਛ ਕੇ। ਅਤੇ ਪਚੰਗੀ ਦਾ ਮਨ ਅਜੇ ਕਿਸ਼ੋਰ ਸੀ ਬੜਾ, ਜੋ ਅੰਦਰੋਂ ਸੀ ਉਹ ਹੀ ਬਾਹਰੋਂ ਸੀ, ਚਾਤਰੀ ਨਹੀਂ ਵਿੱਚ ਵਰਤੀ। ਆਖਿਆ, ਮਹਾਰਾਜ ਸੱਚ ਦੱਸਾਂ? ਅਤੇ ਬਾਬੇ ਨੇ ਕਿਹਾ, ਸੱਚ ਤੋਂ ਬਿਨਾਂ ਕੁਛ ਬੋਲੀ ਵੀ ਨਾ, ਸੱਚ ਬੋਲ, ਦੁੱਧ ਚੋਰੀ ਤਾਂ ਨਹੀਂ ਲਿਆਇਆ ਮਾਂ ਤੋਂ? ਕਹਿੰਦਾ ਚੋਰੀ ਲਿਆਇਆ। ਬਾਬੇ ਨੂੰ ਭਾ ਗਿਆ, ਬਾਬੇ ਨੂੰ ਭਾ ਗਿਆ ਮਤਲਬ ਚੰਗਾ ਲੱਗ ਗਿਆ, ਕਿਉਂਕਿ ਉਹਨੇ ਕੀ ਬੋਲਿਆ? ਸੱਚ। ਅਤੇ ਸੱਚਮੁੱਚੀ ਬਾਬਾ ਕਦੀ ਕਿਸੇ ਨੂੰ ਇਸ ਤਰ੍ਹਾਂ ਗੱਲ ਨਾਲ ਸੀ ਲਾਉਂਦਾ, ਸੱਚ ਬੋਲਣ ਵਾਲੇ ਨੂੰ ਦੋਵਾਂ ਬਾਹਾਂ ਤੋਂ ਖਿੱਚ ਕੇ ਬੱਚੇ ਨੂੰ ਕਲੇਜੇ ਨਾਲ ਲਾ ਲਿਆ ਅਤੇ ਧੜਕਣ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ 'ਤੇ ਆਓ, ਗੁਰੂ 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 ਪੂਰਾ ਸ਼ਬਦ ਬੋਲੋ। ਆਹ ਆਖੋ ਸਤਨਾਮ ਸ੍ਰੀ
ਕਲੇਜੇ ਨਾਲ ਲਾ ਕੇ ਉਹਦੀ ਧੜਕਣ ਵਿੱਚ ਆਪਣੀ ਧੜਕਣ ਮਿਲਾਤੀ ਅਤੇ ਉਹਨੂੰ ਤਾਂਬੇ ਤੋਂ ਪਰਸ ਬਣਾਤਾ। ਹੁਣ ਦੋਵੇਂ ਪਾਸੇ ਪਾਰਸ ਹੋ ਗਿਆ, ਦੋਵੇਂ ਪਾਸੇ ਮੱਤ ਉੱਜਲ ਹੋ ਗਈ। ਅਤੇ ਬਾਬੇ ਨੇ ਕਿਹਾ ਪੁੱਤ ਮੈਂ ਦੁੱਧ ਪੀ ਕੇ ਖੁਸ਼ ਬੜਾ ਹੋਇਆ, ਧਿਆਨ ਦਿਓ ਜੀ, ਦੁੱਧ ਪੀ ਕੇ ਕੁਝ ਮੰਗਦਾ ਹੈ ਮੇਰੇ ਕੋਲੋਂ, ਕੁਝ ਚਾਹੀਦਾ ਹੀ। ਅਤੇ ਛੋਟੇ ਜਿਹੇ ਪਚੰਗੀ ਦੇ ਵੇਖੋ ਪਾਰਸ ਹੋਏ ਦੀ ਸੁਰਤ ਦੇ ਦਰਵਾਜ਼ੇ ਕਿੰਨੇ ਖੁੱਲ੍ਹੇ। ਉਹਨੇ ਨਹੀਂ ਕਿਹਾ ਦੋ ਚਾਰ ਮੱਝਾਂ ਹੋਰ ਦੇ ਦੇ, ਖੇਤ ਹੋਰ ਦੇ ਦੇ, ਨਿੱਕੇ ਜਿਹੇ ਬੱਚੇ ਨੇ ਕੀਤਾ। ਇੱਕ ਚੀਜ਼ ਮੁਝੇ ਦੇ, ਬੋਲੋ ਭਲਾ। ਜੇ ਬਾਬਾ ਸੱਚੀ ਮੁੱਚੀ ਤੇਰੀਆਂ ਗੱਲਾਂ ਤੋਂ ਤਾਂ ਮੈਨੂੰ ਆਨੰਦ ਆਇਆ ਵੀ ਤੂੰ ਆਮ ਖਾਸ ਕੋਈ ਬੰਦਾ ਨਹੀਂ, ਬਾਬੇ ਨਾਲ ਗੱਲਾਂ ਹੋ ਰਹੀਆਂ। ਅਜੇ ਉਹਨੂੰ ਪਤਾ ਨਹੀਂ ਵੀ ਇਹ ਗੁਰੂ ਨਾਨਕ ਸਾਹਿਬ ਆ। ਆਖੋ ਵਾਹਿਗੁਰੂ। ਬਾਬਾ ਇੱਕ ਚੀਜ਼ ਦੇ ਜਾ। ਇੱਧਰੋਂ ਬਾਬੇ ਨੇ 7.5 ਫੁੱਟ ਅਤੇ ਚਿੱਟੇ ਦਮਾਲੇ ਅਤੇ ਪੀਲੇ ਚੋਲੇ ਵਾਲੇ ਨੇ ਇਸ ਤਰ੍ਹਾਂ ਕੀਤਾ, ਉਹਨੇ ਵੀ ਇਸ ਤਰ੍ਹਾਂ ਕੀਤਾ, ਬਾਬੇ ਨੇ ਵੀ ਇਸ ਤਰ੍ਹਾਂ ਕੀਤਾ। ਅਤੇ ਛੋਟਾ ਜਿਹਾ ਪਚੰਗੀ ਜਿਹੜਾ ਤਾਂਬੇ ਤੋਂ ਪਾਰਸ ਹੋਇਆ ਉਹਨੇ ਆਖਿਆ ਬਾਬਾ ਮੈਂ ਤਾਂ ਐਂ ਕੀਤਾ ਸੀ ਵੀ ਕੋਈ ਇੱਕ ਚੀਜ਼ ਦੇ ਜਾ, ਤੂੰ ਇਸ ਤਰ੍ਹਾਂ ਕਿਉਂ ਕੀਤਾ ਹੈ? ਆਖੋ ਵਾਹਿਗੁਰੂ। ਉੱਚੀ ਬੋਲੋ ਅਤੇ ਸੁਚੇਤ ਹੋ ਕੇ ਬੈਠੋ। ਸੱਚਮੁੱਚੀ ਮੇਰੇ ਨਾਲ ਇੱਕ ਗੁਰਮੁਖ ਪਿਆਰਾ ਹੁੰਦਾ ਸੀ, ਉਹ ਇਸ ਤਰ੍ਹਾਂ ਗੋਡਿਆਂ 'ਤੇ ਹੱਥ ਫੇਰਦਾ ਰਹਿੰਦਾ ਵੀ ਸੁਸਤੀ ਨਾ ਪੈ ਜਾਏ, ਆਹ ਘੜੀਆਂ ਨਹੀਂ ਮੈਨੂੰ ਲੱਭਣੀਆਂ ਦੁਬਾਰਾ। ਸਤਸੰਗਤ ਦੀ ਘੜੀ ਇੱਕ ਘੜੀ ਆਦੀ ਹੁੰਦੇ, ਇਹ ਜਿਹੜੀ ਅੱਧੀ ਤੋਂ ਅੱਧੀ ਘੜੀ ਵੀ ਕਿਤੇ ਮੇਰੀ ਸੁਰਤ ਕਰਕੇ ਗੁਰੂ ਸ਼ਬਦ ਵਿੱਚ ਲੱਗ ਜਾਏ। ਪਤਾ ਲੱਗ ਰਿਹਾ ਧੀਓ, ਇਹ ਘੜੀ ਮੇਰੀ ਸੁਰਤ ਕਰਕੇ ਗੁਰੂ ਸ਼ਬਦ ਨਾਲ ਜੁੜ ਜਾਵੇ। ਅਤੇ ਤੁਸੀਂ ਐਂ ਕਿਉਂ ਕੀਤਾ? ਮੈਂ ਤਾਂ ਕੀਤਾ ਕੋਈ ਇੱਕ ਚੀਜ਼ ਦੇ ਜੋ। ਅਤੇ ਬਾਬੇ ਨੇ ਕਿਹਾ ਪੁੱਤ ਮੈਂ ਵੀ ਇੱਕ ਚੀਜ਼ ਤੈਨੂੰ ਦਿੱਤੀ। ਅਤੇ ਛੋਟੇ ਜਿਹੇ ਪਚੰਗੀ ਨੇ ਕਿਹਾ ਮੈਨੂੰ ਦੱਸ ਦਿਓ ਕਿਹੜੀ ਦਿੱਤੀ। ਅਤੇ ਬਾਬਾ ਬੋਲਿਆ, ਬਾਬਾ ਨਾਨਕ ਬੋਲਿਆ, ਪੁੱਤਰ ਮੈਂ ਤੈਨੂੰ ਅੰਮ੍ਰਿਤ ਵੇਲਾ ਦਿੱਤਾ, ਮੈਂ ਤੇਰੀ ਝੋਲੀ 'ਚ ਅੰਮ੍ਰਿਤ ਵੇਲਾ ਪਾਤਾ। ਅੱਜ ਤੋਂ ਜਿੰਨਾ ਚਿਰ ਤੇਰੇ ਇਸ ਘੱਟ ਵਿੱਚ ਇਸ ਕਲਬੂਤ ਵਿੱਚ ਸਵਾਸ ਚੱਲਦਿਆਂ ਮੇਰਿਆ ਪੁੱਤਰਾ ਅੰਮ੍ਰਿਤ ਵੇਲਾ ਨਾ ਛੱਡੀ। ਆਖੋ ਵਾਹਿਗੁਰੂ। ਸੁਣੋ ਤੁਸੀਂ ਕਿੰਨੇ ਕੁੱਟਦੇ ਹੋ ਮੈਨੂੰ ਨਹੀਂ ਪਤਾ। ਇਸ ਕਲਯੁੱਗ ਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਵਾਲੀਆਂ ਬਹੁਤ ਘੱਟ ਰੂਹਾਂ ਨੇ, ਬਹੁਤ ਘੱਟ। ਮੈਂ ਤੈਨੂੰ ਅੰਮ੍ਰਿਤ ਵੇਲਾ ਦਿੱਤਾ। ਅਤੇ ਸਰਕਾਰ ਨੇ ਜਿੱਦਣ ਅੰਮ੍ਰਿਤ ਵੇਲਾ ਦਿੱਤਾ ਉਦਣ ਤੋਂ 120 ਸਾਲ ਦਾ ਅੰਮ੍ਰਿਤ ਵੇਲਾ ਹੈ ਬਾਬਾ ਬੁੱਢਾ ਸਾਹਿਬ ਕੋਲ। ਉਦਣ 4-5 ਸਾਲ ਦੇ ਹੀ ਜਿੱਦਣ ਲਿਆ, ਅਤੇ ਜਿੱਦਣ ਸਵਾਸ ਛੱਡੇ ਨੇ 124-125 ਸਾਲ ਦੇ ਹੋ ਕੇ ਛੱਡੇ। 6 ਮਹੀਲਾਂ ਤੱਕ ਦਰਸ਼ਨ ਹਾਰੀ ਵਾਲਾ ਇੱਕ ਸਿੱਖ ਆ ਜਿਹਨੇ 6 ਮਹੀਲਾਂ ਦੇ ਦਰਸ਼ਨ ਕੀਤੇ, 6 ਗੁਰੂਆਂ ਦੇ ਦਰਸ਼ਨ ਕੀਤੇ। ਇਹ ਅੰਮ੍ਰਿਤ ਵੇਲੇ ਦੀ ਬਰਕਤ ਸੀ। ਆਖੋ ਵਾਹਿਗੁਰੂ। ਅਤੇ ਫਿਰ ਮੈਂ ਇਹਦੇ ਨਾਲ ਸੈਰ ਕਰਦਾ ਧੀਓ, ਇੱਕ ਗੱਲ ਕਰਕੇ ਸ਼ਬਦ ਦੀ ਕਥਾ ਕਰਦਾ, ਸੁਣਿਓ ਧਿਆਨ ਨਾਲ। ਮੇਰੀ ਇਹ ਇੱਛਾ ਹੈ ਵੀ ਇੱਕ ਇੱਕ ਬਚਨ ਤੁਹਾਡੀ ਸੁਰਤ ਦੇ ਭਾਂਡੇ 'ਚ ਪਵੇ, ਮੇਰੀ ਇਹ ਭੁੱਖ ਆ। ਸੱਚਮੁੱਚੀ ਇਹ ਪੈਸੇ ਮੈਨੂੰ ਲੈਂਦੇ ਨੂੰ ਸ਼ਰਮ ਆਉਂਦੀ ਆ ਵੀ ਬਾਣੀ ਵੇਚੀ ਨਹੀਂ ਜਾਂਦੀ, ਇਹਦਾ ਕੋਈ ਮੁੱਲ ਨਹੀਂ ਨਾ ਲਾ ਤਹਲਾ। ਆਖੋ ਵਾਹਿਗੁਰੂ। ਮੈਂ ਵੇਖਿਆ, ਮੈਂ ਇਹਨੂੰ ਕਿਹਾ, ਮੈਂ ਕਿਹਾ ਵੇਖ ਕੰਡਿਆਲੀ ਬੂਟੀ ਹੈ,
ਬੂਟੀ ਕੰਡਿਆਲੀ ਲੱਗੀ ਸੀ ਉਹਨਾਂ ਦੇ ਘਰ 'ਚ, ਪਹਾੜਾਂ ਦੇ ਲਾਗੇ ਘਰ, ਉਹਦੇ ਵਿੱਚ ਇੱਕ ਬੂਟਾ ਉੱਗਿਆ, ਉਹਨੂੰ ਵੀ ਫੁੱਲ ਲੱਗੇ। ਹਾਏ 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 ਸਾਹਿਬਾ, ਤੇਰਾ ਦਿਲ ਕਰੇ ਤੂੰ ਕੰਡਿਆਂ ਵਾਲੇ ਬੂਟੇ ਨੂੰ ਫੁੱਲ ਲਾ ਦੇ, ਇਹ ਤਾਂ ਤੇਰੀ ਕੁਦਰਤ ਆ ਨਾ, ਜੇਵੜ ਆਪ ਤੇਵੜ ਤੇਰੀ, ਐਡਾ ਵੱਡਾ ਹੈ ਜਿੱਥੇ ਮਰਜ਼ੀ ਵਰ ਜਾਏ, ਜਿਹਨੂੰ ਮਰਜ਼ੀ ਭਰ ਦੇ, ਬੜੇ ਬੜੇ ਗਿਆਨੀ ਖਾਲੀ ਰਹਿ ਜਾਣ। ਅਤੇ ਕੰਡਿਆਲੀ ਜੀ ਬੂਟੀ ਨੂੰ ਇੱਕ ਫੁੱਲ ਲੱਗਾ ਪੀਲਾ, ਤੁਹਾਡੇ ਲਈ ਅੱਗਾ ਹੋਣਾ ਕਿਤੇ ਘਰ, ਮਗਰ ਵੇਖਣ ਲਈ ਟਕਾ ਚਾਹੀਦਾ। ਮੈਂ ਇਹਨੂੰ ਕਿਹਾ ਵੇਖ ਰਿਹਾ ਕੁਝ, ਆਖੋ ਵਾਹਿਗੁਰੂ। ਮੈਂ ਕਿਹਾ ਸੁਰਜਣ ਸਿੰਘ ਕੁਝ ਵੇਖ ਰਿਹਾ? ਕਹਿੰਦਾ ਵੇਖ ਰਿਹਾ। ਮੈਂ ਕਿਹਾ ਕੀ ਵੇਖਿਆ? ਕਹਿੰਦਾ ਮੱਖੀ ਉੱਤੇ ਉੱਤੇ ਉੱਡ ਰਹੀ, ਇੱਕ ਸ਼ਹਿਦ ਦੀ ਮੱਖੀ ਆਈ ਅਤੇ ਉਸ ਫੁੱਲ ਦੇ ਉੱਤੇ ਉੱਤੇ ਉੱਡਦੀ ਰਹੀ। ਜਿੰਨਾ ਚਿਰ ਉੱਡਦੀ ਰਹੀ, ਮੈਂ ਕਿਹਾ ਚੰਗੀ ਤਰ੍ਹਾਂ ਵੇਖ, ਜੇ ਤਾਂ ਉੱਡ ਉੱਡ ਕੇ ਇੱਥੋਂ ਹੀ ਮੁੜ ਗਈ ਤਾਂ ਸਮਝ ਲਾ ਉਹ ਸਾਡੇ ਵਰਗੀ ਆ। ਨਹੀਂ ਪਤਾ ਲੱਗਾ ਜੀ ਕਿਉਂ ਕਿਹਾ ਨਹੀਂ ਮਹਿਲ ਸੋਜੀ ਕੀ ਇਹਨਾਂ ਦਾ ਨਾਮ ਮਹਿਲਸ ਮਹਿਲਸ ਹੀ ਸਮਝਿਆ ਜੇ ਕੁਛ? ਜੇ ਤਾਂ ਫੁੱਲ ਦੇ ਦਰਸ਼ਨ ਕਰਕੇ ਚਲੇ ਗਈ ਤਾਂ ਸਮਝ ਲਓ, ਤੁਸੀਂ ਵੀ ਨੋਟ ਰੱਖ ਕੇ, ਇੱਕ ਮੇਰੇ ਅੱਗੇ ਇੱਕ ਗੁਰੂ ਅੱਗੇ ਮੁੜ ਗਏ ਅਤੇ ਉਸ ਮੱਖੀ ਵਰਗੇ ਉਹ, ਨਾ ਕੋ ਚਾਖੇ ਨਾ ਕੋ ਖਾਏ, ਚੱਖ ਕੇ ਨਹੀਂ ਵੇਖਿਆ ਕੁਛ, ਮੱਖੀ ਵਾਂਗੂ ਉੱਤੇ ਆਏ, ਫੋਟੋ ਲਵਾਈ ਕੈਮਰੇ ਵਿੱਚ ਵੀ ਇੰਨੇ ਲੋਕ ਖਿੜੇ ਹੋਏ ਫੁੱਲ ਨੂੰ ਵੇਖਣ ਆਏ, ਸਾਡੇ ਵਹਿੰਦਿਆਂ ਵਹਿੰਦਿਆਂ ਮੱਖੀ ਫੁੱਲ 'ਤੇ ਬਹਿ ਗਈ, ਫੁੱਲ 'ਤੇ ਅਤੇ ਵਿੱਚੋਂ ਚੂਸਣ ਲੱਗ ਪਈ ਮੱਖੀ ਮੱਖੀ। ਅੱਜ ਦਾ ਸਵੇਰ ਦਾ ਵਾਕਿਆ ਹੈ, ਅੱਖ ਵਾਹਿਗੁਰੂ। ਮੈਂ ਕਿਹਾ ਇਹ ਉਹ ਰੂਹਾਂ ਨੇ ਜਿਹੜੀਆਂ ਸਰਕਾਰ ਕੋਲ ਆਉਂਦੀਆਂ ਅਤੇ ਸ਼ਬਦ ਦੇ ਵਿੱਚੋਂ ਰਸ ਪੀਂਦੀਆਂ ਅਤੇ ਮੂੰਹ ਮਿੱਠਾ ਕਰਕੇ ਇੱਥੋਂ ਚਲੇ ਜਾਂਦੀਆਂ। ਮਗਰ ਤੁਸੀਂ ਵੇਖਿਓ ਇਸ ਸਮਾਜ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਆਉਂਦੇ ਨੇ ਗੁਰਦੁਆਰੇ, ਆਓ ਉੱਥੇ ਜਾ ਕੇ ਜੋੜੇ ਖਾਨੇ, ਜਦੋਂ ਗੱਲ ਕਰਦੇ ਮੂੰਹ ਫਿੱਕਾ ਹੈ, ਗੱਲ ਫਿੱਕੀ ਕਰ ਜਾਂਦੇ, ਆਖੋ ਵਾਹਿਗੁਰੂ ਗੱਲ। ਇਹ ਕਿਤਨਾ ਹੋ ਸਕਦਾ ਵੀ ਤੁਸੀਂ ਸ਼ਹਿਦ ਨਾਲ ਮੂੰਹ ਭਰਿਆ ਹੋਵੇ ਅਤੇ ਤੁਹਾਡੇ ਵਿੱਚੋਂ ਫਿੱਕਾ ਸਵਾਦ ਆਵੇ? ਇੱਥੋਂ ਪਤਾ ਲੱਗਿਆ ਨਾ ਕੋ ਚਾਖੇ ਨਾ ਕੋ ਖਾਏ। ਬਹੁਤ ਸਾਰੇ ਲੋਕ ਨੇ, ਤੁਸੀਂ ਸਮੁੰਦਰ 'ਤੇ ਜਾਓਗੇ, ਤੁਸੀਂ ਉਹਨਾਂ ਨੂੰ ਪੁੱਛੋ ਵੀਰ ਜੀ ਕਿੱਧਰ ਆਏ ਸੋ, ਮੰਗਲ ਸਿੰਘ ਸੁਣੋ ਵੀਰ ਜੀ ਕਿੱਧਰ ਆਏ ਸੋ, ਬਹੁਤ ਸਾਰਾ ਜਮਾਵੜਾ ਹੁੰਦਾ ਸਮੁੰਦਰ ਦੇ ਕੰਢੇ 'ਤੇ ਅਤੇ ਸਾਰੇ ਤੁਹਾਨੂੰ ਇਹ ਕਹਿਣਗੇ ਸਮੁੰਦਰ ਵੇਖਣ ਆਏ ਸਾਂ, ਅਤੇ ਤੁਸੀਂ ਵੀ ਸਮੁੰਦਰ ਵੇਖਣ ਆਏ ਹੋ, ਡੁੱਬਣ ਨਹੀਂ ਆਏ। ਸਮੁੰਦਰ ਵੇਖਿਆ ਕੁਛ ਨਹੀਂ ਬਣਦਾ, ਦੋ ਕੁ ਮਿੰਟ ਅੱਖਾਂ ਨੂੰ ਤਰੋਤ ਦਿੱਤੀ ਜਾ ਸਕਦੀ, ਆਹ ਮੈਂ ਸਮੁੰਦਰ ਵੇਖਿਆ। ਹੀਰੇ ਅਤੇ ਮੋਤੀ ਤਾਂ ਲੱਭਣੇ ਜੇ ਸਮੁੰਦਰ ਦੇ ਵਿੱਚ ਉਤਰੋਗੇ, ਤੇ ਪਤਾ ਲੱਗਾ ਧੀਏ ਸਮੁੰਦਰ ਦੇ। ਤੁਸੀਂ ਜਪਜੀ ਸਾਹਿਬ ਪੜ੍ਹੋ, ਜੇ ਜਪਜੀ ਸਾਹਿਬ ਦੇ ਉਪਦੇਸ਼ ਵਿੱਚ ਤੁਸੀਂ ਉਤਰੇ ਨਾ ਤਾਂ ਮੋਤੀ ਕੋਈ ਨਹੀਂ ਆਉਣਾ ਹੱਥ 'ਚ। ਸੱਚਮੁੱਚ ਹੀ ਰੋਜ਼ ਉਸ ਮੱਖੀ ਵਾਂਗੂ ਉੱਤੋਂ ਉੱਤੋਂ ਘੁੰਮ ਕੇ ਜਪਜੀ ਸਾਹਿਬ ਪੜ੍ਹਿਆ ਜਾਂਦਾ ਹੈ, ਪਤਾ ਲੱਗ ਰਿਹਾ ਜੀ? ਉੱਤੋਂ ਉੱਤੋਂ ਜਿਸ ਤਰ੍ਹਾਂ ਮੱਖੀ ਘੁੰਮ ਕੇ ਉੱਤੋਂ ਉੱਤੋਂ ਘੁੰਮ ਕੇ ਚਲੇਗੀ ਅਤੇ ਮੂੰਹ ਮਿੱਠਾ ਹੋਜੂ, ਮੂੰਹ ਮਿੱਠਾ ਅਤੇ ਉਹਦੇ ਵਿੱਚ ਜੋੜ ਕੇ ਉਹਦੇ ਵਿੱਚੋਂ ਕੁਝ ਖਿੱਚਣਾ ਪੈਣਾ ਹੈ। ਤੁਹਾਨੂੰ ਵੀ ਜਪਜੀ ਦੇ ਇੱਕ ਇੱਕ ਅੱਖਰ ਦੇ ਵਿੱਚੋਂ ਕੁਛ ਖਿੱਚਣਾ ਪੈਣਾ ਹੈ, ਤਾਂ ਸ਼ਹਿਦ ਬਣਾਓਗੇ, ਤਾਂ ਤੁਹਾਡੀ ਰਸਨਾ ਰਸ ਨਾਲ ਭਰ ਜੂਗੀ, ਅਤੇ ਸੱਚੀ ਮੁੱਚੀ ਜਿਹਨੂੰ ਬੋਲ ਸੁਣਾਓਗੇ ਉਹ ਵੀ ਰਸ ਨਾਲ ਭਰ ਜੂ। ਇੱਕ ਫਿਰੇ ਕਨੇਰੇ
ਕਰੇ ਗੱਲਾਂ ਮੈਂ ਮੇਰੇ ਵਰਗੇ ਕਰੋੜਾਂ ਲੋਕੀ, ਇੱਕ ਫਿਰੇ ਇੱਕ ਨਹੀਂ ਦੋ ਨਹੀਂ ਹਨੇਰੇ, ਇੱਕ ਫਿਰੇ ਹਨੇਰੇ ਕਰੇ ਬੋਲੋ, ਹੌਲੀ ਕਿਉਂ ਬੋਲਦੇ ਫਿਰ, ਠੋਕੋ ਨਾ ਕਿੱਲਾ ਠੋਕੋ ਪੂਰਾ, ਇੱਕ ਫਿਰੇ ਹਨੇਰੇ ਕਰੇ ਗੱਲਾਂ, ਅਤੇ ਅੱਗੇ ਕੀ ਆ ਬਾਬੇ ਅਮਰਦਾਸ ਨੇ ਕਿਹਾ ਗੱਲੀਂ ਕਿਨੇ ਨਾ ਪਾਇਆ, ਗੱਲਾਂ ਕਰਨ ਵਾਲੇ ਇੱਥੇ ਬਥੇਰੇ, ਜਿਨ੍ਹਾਂ ਨੇ ਰਸ ਪੀਤਾ ਉਹਨਾਂ ਨੇ ਸੱਚਮੁੱਚੀ ਇੱਕ ਗੱਲ ਹੋਰ ਕਹਿ ਕੇ ਸ਼ਬਦ ਦੀ ਵਿਆਖਿਆ ਕਰਨ ਲਿਆ ਪੁੱਤ, ਇਸ ਦੁਨੀਆ ਦੇ ਉੱਤੇ ਤੁਸੀਂ ਮੱਖੀ ਕੋਲ ਵੇਖਿਓ, ਸੁਣਿਓ ਜੀ ਤੁਸੀਂ ਧਿਆਨ ਨਾਲ, ਮੱਖੀ ਕੋਲ ਵੇਖਿਓ, ਇੱਕ ਮੱਖੀ ਇਕੱਲੀ ਸ਼ਹਿਦ ਦਾ ਛੱਤਾ ਨਹੀਂ ਬਣਾ ਸਕਦੀ, ਜਿੰਨਾ ਮਰਜ਼ੀ ਰੋਜ਼ ਪੀਵੇ, ਕੀ ਆਖਿਆ, ਛੱਤਾ, ਜਿੰਨਾ ਮਰਜ਼ੀ ਸ਼ਹਿਦ ਪੀਵੇ ਛੱਤਾ ਨਹੀਂ ਬਣ ਸਕਦਾ, ਛੱਤਾ ਕਿੱਦਣ ਬਣਨਾ ਹੈ, ਜਿੱਦਣ ਸਾਰੀਆਂ ਮੱਖੀਆਂ ਇਕੱਠੀਆਂ ਹੋ ਕੇ ਇੱਕ ਇੱਕ ਬੂੰਦ ਇਕੱਠਾ ਕਰਨਗੀਆਂ ਅਤੇ ਛੱਤਾ ਬਣੂ, ਸੱਜਣੋ ਤੁਸੀਂ ਤਾਂ ਗੁਰਦੁਆਰੇ ਆਣ ਕੇ ਵੀ ਇਕੱਠੇ ਨਹੀਂ ਹੁੰਦੇ, ਛੱਤਾ ਕਿੱਥੋਂ ਬਣਨਾ ਹੈ, ਗੁਰੂ ਕੋਲ ਬਹਿ ਕੇ ਵੀ ਸਾਡੀ ਮੱਤ ਇੱਕ ਨਹੀਂ ਹੁੰਦੀ, ਛੱਤਾ ਕਿੱਥੋਂ ਬਣਨਾ ਹੈ, ਲੋਕਾਂ ਨੂੰ ਸ਼ਹਿਦ ਆਪਾਂ ਕਿੱਥੋਂ ਵੰਡਣਾ ਹੈ, ਆਖੋ ਵਾਹਿਗੁਰੂ, ਕੀ ਕਿਹਾ, ਲੋਕਾਂ ਨੂੰ ਸ਼ਹਿਦ ਅਸੀਂ, ਜਦੋਂ ਸਾਡੀ ਸੁਰਤ ਨਹੀਂ ਇੱਕ ਦੂਸਰੇ ਦੀ ਮਿਲਦੀ, ਮੱਖੀਆਂ ਕੋਲੋਂ ਕੁਝ ਸਿੱਖੋ, ਮੱਖੀ ਸੱਚੀ ਮੁੱਚੀ ਬੜੇ ਜੀਵਨ ਦੇ ਰਹੱਸ ਨੇ, ਮੈਂ ਤਾਂ ਆਸਾ ਕਿ ਵਾਰ ਜਦੋਂ ਕੀਰਤਨ ਸੁਣੀ ਦਾ ਆਇਆ, ਭਾਈ ਇੰਦਰਜੀਤ ਸੋਹਣੀ ਗੁਰਮੁਖ ਪਿਆਰੇ ਆਏ ਆ, ਤਨੰਤਰ ਕੀਰਤਨੀਆਂ ਨੇ, ਜਦੋਂ ਆਸਾ ਕੀ ਵਾਰ ਆਪਾਂ ਪੜ੍ਹਦੇ ਹਾਂ ਅਤੇ ਆਪਾਂ ਬਾਪੂ ਨੂੰ ਪੁੱਛੀਏ, ਸਤਿਗੁਰੂ ਮੈਂ ਰੱਬ ਦੇ ਦੀਦਾਰ ਕਰਨੇ ਚਾਹੁੰਦਾ, ਬੋਲੋ ਉੱਚੀ ਬੋਲੋ, ਕਰਨੇ ਚਾਹੁੰਦਾ, ਅਤੇ ਮੇਰਾ ਬਾਬਾ ਇੱਕ ਐਡਰੈਸ ਦਿੰਦਾ ਰੱਬ ਨੂੰ ਵੇਖਣ ਦਾ, ਕੁਦਰਤ ਦਿਸੇ ਨਹੀਂ, ਕੁਦਰਤ, ਕੁਦਰਤ ਦੀ ਹਰ ਕਰਤ ਨੂੰ ਵੇਖ, ਇਹਦੇ ਵਿੱਚ ਰੱਬ ਦਿਸਦਾ ਹੈ, ਤੂੰ ਮੱਖੀ ਦੇ ਜੀਵਨ ਨੂੰ ਪੜ੍ਹ, ਜੇ ਤੈਨੂੰ ਰੱਬ ਦੇ ਦੀਦਾਰ ਨਾ ਹੋਣ ਤਾਂ ਪਰਮਜੀਤ ਸਿੰਘ ਦਾ ਸਿਰ ਕੱਟ ਦੇ, ਮੱਖੀ ਦੇ ਜੀਵਨ ਨੂੰ ਪੜ੍ਹ, ਮੱਖੀ ਕਿਤਨਾ ਸ਼ਹਿਦ ਜੋੜਦੀ, ਮੱਖੀ ਕਿਤਨਾ ਲੋਕਾਂ ਨੂੰ ਵੰਡਦੀ, ਫਿਰ ਇੱਕ ਦਿਨ ਐਸਾ ਆਉਂਦਾ, ਆਖੋ ਵਾਹਿਗੁਰੂ, ਇੱਕ ਦਿਨ ਐਸਾ ਆਉਂਦਾ ਕੁਦਰਤ ਇੰਨੀ ਮਿਹਰਬਾਨ ਹੁੰਦੀ, ਮੂੰਹ ਮਿੱਠਾ ਕਰ ਦਿੰਦੀ ਅਤੇ ਪਿੱਛੇ ਡੰਗ ਦੇ ਦਿੰਦੀ, ਪਿੱਛੇ ਡੰਗ ਵੀ ਮੂੰਹ ਬਾਣੀ ਨਾਲ ਭਰ ਦਿੰਦਾ ਹੈ ਅਤੇ ਚਿੱਤ ਵਿੱਚ ਜੁੱਧ ਭਰ ਦਿੰਦਾ ਹੈ, ਵੀ ਜਿਹੜਾ ਤੈਨੂੰ ਹੱਥ ਲਾਵੇ ਤੇਰੇ ਕੋਲ ਡੰਗ ਵੀ ਹੋਵੇ, ਇਕੱਲਾ ਤੇਰੇ ਕੋਲ ਸ਼ਹਿਦ ਹੀ ਨਾ ਹੋਵੇ। ਅੱਜ ਅਸੀਂ ਕੀ ਹਾਂ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣਾ ਮੂੰਹ ਹਿਲਾ ਕੇ ਲੋਕਾਂ ਨੂੰ ਵਿਖਾਉਂਦੇ ਹਾਂ, ਮਗਰ ਇਹ ਨਿਸ਼ਾਨੀ ਆ ਵੀ ਅਸੀਂ ਅਜੇ ਮੱਖੀ ਨਹੀਂ ਬਣ ਸਕੇ, ਕਿਉਂਕਿ ਸਾਡੇ ਮੂੰਹ ਵਿੱਚ ਤਾਂ ਵਾਹਿਗੁਰੂ ਵਾਹਿਗੁਰੂ ਹੈਗਾ ਹੈ, ਉਹ ਵੀ ਲੋਕਾਂ ਦੇ ਦਿਖਾਵੇ ਲਈ, ਅੰਦਰ ਗਏ ਵਾਹਿਗੁਰੂ ਦੀ ਇਹ ਨਿਸ਼ਾਨੀ ਆ, ਜਿੱਥੇ ਤੇਰੇ ਅੰਦਰ ਭਗਤੀ ਰਸ ਆਉਣਾ ਹੈ ਉੱਥੇ ਬਾਬਾ ਬੰਦਾ ਸਿੰਘ ਵਾਂਗੂ ਵੀਰ ਰਸ ਵੀ ਆਉਣਾ ਹੈ। ਇੱਕ ਵਾਰੀ ਮਿਲਿਆ ਸੀ ਉਹ, ਬਹੁਤੀ ਵਾਰ ਥੋੜ੍ਹਾ ਮਿਲਿਆ, ਇੱਕੇ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਿਲੇ ਅਤੇ ਨਜ਼ਰ ਵਿੱਚ ਨਜ਼ਰ ਪਾਈ, ਸੱਚੀ ਮੁੱਚੀ ਭਗਤੀ ਨਾ ਪੁੱਤ ਹੱਥ ਨਾ ਲਾ, ਭਗਤੀ ਰਸ ਤਾਂ ਪਹਿਲਾਂ ਹੀ ਹੈਗਾ ਸੀ, ਅਤੇ ਗੁਰੂ ਨੇ ਨਜ਼ਰ ਅਨਾਇਤ ਕੀਤੀ, ਅੱਜ ਸ਼ਸਤਰ ਵਿੱਦਿਆ ਦਾ ਧਨੀ ਵੀ ਬਣਾ ਦਿੱਤਾ। ਨੋਟ ਕਰੋ, ਮੱਖੀ ਕੋਲੋਂ ਕੁਝ ਸਿੱਖੋ, ਮੱਖੀ ਕੋਲੋਂ ਹੋਰ ਬੜੇ ਪਰਮ ਗੁਣ ਆ ਜੀ, ਮੱਖੀ ਇਕੱਠੀ ਬਹਿ ਕੇ ਅਤੇ ਇੱਕ ਮੂੰਹ ਨਾਲ ਮੂੰਹ ਜੋੜਦੀਆਂ ਜੋੜਦੀਆਂ ਛੱਤਾਂ ਬਣਾ ਦਿੰਦੀਆਂ,
ਫਿਰ ਮੱਖੀ ਦਾ ਇੱਕ ਬੜਾ ਸੁੰਦਰ ਸੁਭਾਅ ਹੈ, ਮੱਖੀਆਂ ਆਪਸ ਵਿੱਚ ਨਹੀਂ ਲੜਦੀਆਂ, ਜੇ ਕਿਸੇ ਨੇ ਵੇਖੀਆਂ ਜੇ ਤਾਂ ਦੱਸੋ। ਅਵਲ ਤਾਂ ਤੁਸੀਂ ਕੁਦਰਤ ਤੋਂ ਟੁੱਟੇ ਹੁਣ, ਕਿੱਥੇ ਇੱਥੇ ਅਮਰੀਕਾ ਵਿੱਚ, ਕਿੱਥੇ ਅਮਰੀਕਾ 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 ਖਾ ਲਿਆ ਅਮਰੀਕਾ ਨੇ, ਕੁਦਰਤ ਤੋਂ ਟੁੱਟ ਗਏ। ਅਖ ਵਾਹਿਗੁਰੂ, ਐਸਾ ਉਲਝੇ ਐਸੀ ਡਾਲਰਾਂ ਦੀ ਮਿੱਟੀ ਦਾੜੇ 'ਤੇ ਕੇਸਾਂ ਉੱਚ ਪਈ, ਮੂੰਹ ਦਾ ਹੋਰ ਹੀ ਸਟਾਈਲ ਬਣ ਗਿਆ। ਸ਼ਹਿਦ ਦੀਆਂ ਮੱਖੀਆਂ ਕਦੀ ਤੁਹਾਡੇ 'ਚੋਂ ਕਿਸੇ ਨੇ ਲੜਦੀਆਂ ਵੇਖੀਆਂ ਤਾਂ ਮੈਨੂੰ ਦੱਸੋ। ਮਗਰ ਉਹਨਾਂ 'ਚ ਇੱਕ ਪਰਮ ਗੁਣ ਜੇ ਜਿਹੜਾ ਉਹਨਾਂ ਵੱਲ ਉਂਗਲ ਕਰੇ, ਬੋਲੋ, ਫਿਰ ਇੱਕ ਨਹੀਂ ਪੈਂਦੀ। ਇੱਥੇ ਤੁਹਾਨੂੰ ਆਪਸ ਵਿੱਚ ਤਾਂ ਇੱਕ ਦੂਸਰੇ ਦੀਆਂ ਪੱਗਾਂ ਲਾਉਂਦੇ ਵੇਖਿਆ ਹੈ, ਮਗਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵੱਲ ਤੁਹਾਡੇ ਮੂੰਹ ਨਹੀਂ ਚੁੱਕੇ ਗਏ। ਆਪਸ ਵਿੱਚ ਪੱਗਾਂ ਲੱਥਦੀਆਂ, ਆਪਸ ਵਿੱਚ ਚੁਗਲੀਆਂ ਹੁੰਦੀਆਂ, ਆਪਸ ਵਿੱਚ ਇੱਕ ਦੂਸਰੇ ਦੀ ਬੇਇੱਜ਼ਤੀ ਕਰਨ 'ਚ ਤਗੜੇ ਆ, ਮਗਰ ਉਹ ਮੱਖੀ ਵਾਲਾ ਸੁਭਾਅ ਸਾਡਾ ਨਹੀਂ ਬਣਿਆ ਜਿਹੜਾ ਸਾਡੇ ਵੱਲ ਉਂਗਲ ਚੁੱਕੂਗਾ। ਅਸੀਂ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਜੇ ਅਸੀਂ ਸਤਸੰਗਤ ਵਿੱਚ ਬਹਿ ਕੇ ਸ਼ਹਿਦ ਇਕੱਠੀਆਂ ਕਰਦੀਆਂ ਵਾਂ, ਸ਼ਹਿਦ ਇਕੱਠਾ ਕਰਦੀਆਂ, ਤਾਂ ਸਾਡੀ ਏਕਤਾ ਜਿਹੜਾ ਉਂਗਲ ਕਰਨ ਵਾਲਾ ਉਹਦੇ ਵਿੱਚੇ ਵੀ ਪਊਗੀ। ਗੁਰੂ ਕਿਰਪਾ ਕਰੇ, ਅੱਜ ਦੇ ਸ਼ਬਦ ਦੀ ਵਿਚਾਰ ਕਰ ਲਵਾਂ, ਚੌਂਕੜਾ ਮਾਰੋ, ਸੁਣੋ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ, ਕੱਲ ਧਨਾਸਰੀ ਰਾਗ ਦੇ ਸ਼ਬਦ ਪੂਰੇ ਹੋ ਗਏ ਸੀ, ਅਬ ਮੈਂ ਸ਼ਾਬਾ ਸ਼ਾਬਾ ਜੀਂਦੀ ਰਹੇ ਜੀਂਦੀ ਰਹੋ, ਕੁਛ ਤਾਂ ਚੇਤਾ ਹੈ, ਕਿਸੇ ਨੂੰ ਤਾਂ ਚੇਤਾ ਹੈ। ਅਬ ਮੈਂ ਕੌਣ ਆਪਾ ਉਹ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੇ ਅਤੇ ਭਾਵਨੇ ਦੁਪਾਰ ਭਰੂੰ। ਅੱਜ ਵਾਲਾ ਸ਼ਬਦ ਜੈਸਰੀ ਮਹੱਲਾ ਨਾਵਾਂ ਹੈ, ਇਹਦੇ ਵਿੱਚ ਮਨ ਦੀ ਅਵਸਥਾ ਦੱਸਦੇ ਗੁਰੂ ਤੇਗ ਬਹਾਦਰ ਸਾਹਿਬ, ਕਹਿੰਦੇ ਭੁੱਲਿਓ ਮਨ, ਬੋਲੋ, ਇਸ ਤਰ੍ਹਾਂ ਨਾ ਬੈਠੇ, ਇਸ ਤਰ੍ਹਾਂ ਬਹੁਤ ਥੋੜ੍ਹਾ ਚਿਰ, ਭੁੱਲਿਓ ਮਨ, ਬੋਲੋ, ਫਿਰ ਬੋਲੋ, ਭੁੱਲਾ ਮਨ ਸਮਝੇ ਗੁਰ ਸ਼ਬਦੀ, ਜੇ ਤਾਂ ਸਮਝਿਆ ਤਾਂ ਇੱਥੇ ਆਊ, ਜੇ ਮਨ ਸਮਝਿਆ ਹੈ ਤਾਂ ਕਿੱਥੇ ਆਊ, ਗੁਰੂ ਦੇ ਕੋਲ ਆਊ, ਵਾਹਿਗੁਰੂ ਦਾ ਨਾਮ ਜਪੂ, ਸਤਸੰਗਤ ਕਰੂ। ਮਗਰ ਜਿਹੜਾ ਭੁੱਲਿਆ ਹੈ, ਭੁੱਲਿਓ ਮਨ ਮਾਇਆ ਉਰਝਾਇਓ, ਮਾਇਆ ਉਲਝ ਗਿਆ ਕਾਹਦੇ 'ਚ, ਸੱਚੀ ਮੁੱਚੀ ਮਾਇਆ ਤੋਂ ਬਿਨਾਂ ਮਨਮੁੱਖ, ਬੋਲੋ, ਮਨਮੁੱਖ ਕਿਉਂ, ਬੋਲੋ ਨਾ, ਮਨਮੁੱਖ 24 ਘੰਟੇ ਬਾਣੀ 'ਚ ਲਿਖਿਆ ਮਨਮੁੱਖ ਮਾਇਆ ਮਾਇਆ, ਮਨਮੁੱਖ 24 ਘੰਟੇ ਕੀ ਕਹਿੰਦਾ, ਮਾਇਆ ਮਾਇਆ, ਸੱਚੀ ਮੁੱਚੀ ਇੱਥੇ ਕਥਾ ਕਰਦੇ ਦਾ ਧਿਆਨ ਉਹਦੇ 'ਚ, ਮਨਮੁੱਖ ਦੀ ਬਿਰਤੀ, ਕੀਰਤਨ ਕਰਦੇ ਦਾ ਧਿਆਨ ਇਸ ਟੋਕਰੀ 'ਚ ਆ, ਭੁੱਲਿਓ ਮਨ, ਅਤੇ ਸੱਚੀ ਮੁੱਚੀ ਗੁਰੂ ਕੋਲ ਪੈ ਕੇ ਵੀ ਉਲਝਿਆ ਪਿਆ ਹੈ, ਉਲਝਿਆ ਪਿਆ ਹੈ। ਅੱਖ ਵਾਹਿਗੁਰੂ, ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਬੋਲੋ ਹਾਂ, ਜੋ ਜੋ ਲਾਲਚ ਵਿੱਚ ਲੱਗ ਕੇ ਸੱਚੀ ਮੁੱਚੀ ਸਿਮਰਨ ਵੀ ਕੀਤਾ ਤਾਂ ਵੀ ਫਸਿਆ, ਸਿਮਰਨ ਕਰਦਿਆਂ ਜੇ ਬਿਰਤੀ ਇਹ ਸੀ ਵੀ ਮੈਨੂੰ ਪੈਸੇ ਮਿਲਣ, ਅਤੇ ਉੱਥੇ 'ਤੇ ਜੀ ਆ ਜੋ ਮੰਗੇ ਠਾਕੁਰ ਆਪਣੇ 'ਤੇ ਪੈਸੇ ਮਿਲ ਗਏ, ਮਗਰ ਸਿਮਰਨ ਕਰਨ ਵਾਲਾ ਫਸ ਗਿਆ, ਨਿਕਲਿਆ ਨਹੀਂ, ਕਿਉਂ, ਮਾਇਆ ਉਰਝਾਇਓ, ਸੁਰਤ ਵਿੱਚ ਕੀ ਰੱਖੀ, ਮਾਇਆ, ਸੁਰਤ ਵਿੱਚ ਮਿਲਾਪ ਨਹੀਂ ਰੱਖਿਆ, ਮਿਲ ਲਿਓ ਦਿਆਲ, ਇੱਥੇ ਇਹ ਅਰਦਾਸ ਨਹੀਂ ਆਈ, ਮਿਲ ਲਿਓ ਦਿਆਲ ਢਹਿ ਪੈ ਦੁਆਰਿਆ, ਇਹ ਅਰਦਾਸ ਨਹੀਂ ਬਣੀ,
ਤੁਸੀਂ ਵੇਖਿਓ ਕਦੀ ਗੁਰਦੁਆਰੇ ਦੇ ਵਿੱਚ ਜਿੰਨੀਆਂ ਭਾਈ ਸਾਹਿਬ ਨੂੰ ਪਰਚੀਆਂ ਦਿੱਤੀਆਂ ਜਾਂਦੀਆਂ ਨੇ, ਪਕੜ ਰਹੇ ਹੋ ਜੀ, ਭਾਈ ਸਾਹਿਬ ਨੂੰ ਅਰਦਾਸ ਕਰਨੀਆਂ, ਭਾਈ ਸਾਹਿਬ ਜੀ ਗੱਡੀ ਨਵੀਂ ਪਾਈ ਆ, ਟਰੱਕ ਨਵਾਂ ਪਾਇਆ, ਅਰਦਾਸ ਕਰਿਓ ਚੰਗੀ ਚੱਲੇ। ਕਦੀ ਕਿਸੇ ਦੀ ਇਹ ਵੀ ਸੁਣਿਆ ਜੇ ਇਹ ਮਨੁੱਖਾ ਦੇ ਮਿਲੀ ਆ ਮੇਰਾ ਨਾਮ ਚੱਲੇ? ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤਹੇ ਤਹੇ ਆਪ ਬੰਧਾਇਓ, ਤਹੇ ਤੇ ਆਪ ਬੰਧਾਇਓ। ਸਮਝ ਨਾ ਭਰੀ ਸਾਰਾ ਜੀਵਨ ਸਮਝ ਨਹੀਂ ਪਈ, ਵਿਖੇ ਰਸ ਰਚਿਓ, ਬੋਲੋ ਹਾਂ ਵਿਖੇ, ਵਿਖੇ ਬਣੇ ਮਾਇਆ ਦਾ ਹੀ ਰਸ। ਵਿਖ ਦੇ ਦੋ ਸ਼ਬਦ ਆ, ਮਾਇਆ ਨੂੰ ਵੀ ਕਈ ਥਾਂ ਲਿਖਿਆ ਹੈ ਅਤੇ ਕਈ ਥਾਂ ਵਿਸ਼ੇ ਵਕਾਰਾਂ ਨੂੰ ਵੀ ਲਿਖਿਆ ਹੈ। ਸਮਝ ਨਾ ਭਰੀ ਵਿਖੇ ਰਸ ਰਚਿਓ, ਐਸਾ ਰਚ ਗਿਆ ਉਹਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਮਾਇਆ ਦੇ ਨਸ਼ੇ ਵਿੱਚ, ਜਸ ਹਰ ਕੋ ਬਿਸਰਾਇਓ, ਬੋਲੋ ਹਾਂ ਹਰੀ ਦਾ ਜਸ ਭੁੱਲ ਗਿਆ, ਜਿੱਥੇ ਬਹਿੰਦਾ ਭਾਅ ਜੀ ਕੰਮ ਕਰਦਾ ਕੀ ਹਾਲ ਜੇ, ਜਾਂਦਿਆਂ ਹੀ ਇਹ ਨਹੀਂ ਵੀ ਨਿਤਨੇਮ ਦਾ ਕੀ ਹਾਲ ਜੇ, ਇਹ ਨਹੀਂ ਪੁੱਛਦਾ। ਅਤੇ ਸੱਚੀ ਮੁੱਚੀਆਂ ਗੱਲਾਂ ਹੁਣ ਦੂਰ ਦੀਆਂ ਰਹਿ ਗਈਆਂ। ਅਸੀਂ ਵੀ ਜਿੱਥੇ ਪ੍ਰਚਾਰਕ ਵੀ ਬਹਿੰਦੇ ਹਾਂ ਨਾ, ਪੁੱਛਦੇ ਉੱਥੇ ਤੂੰ ਵੀਕ ਲਾਇਆ ਕੀ ਬਣਿਆ, ਇਹ ਨਹੀਂ ਪੁੱਛਦੇ ਵੀ ਉੱਥੇ ਵੀਕ ਲਾਇਆ, ਕਿੰਨੇ ਬੰਦੇ ਅੰਮ੍ਰਿਤ ਛਕਣ ਲਈ ਆਏ, ਆਖੋ ਵਾਹਿਗੁਰੂ, ਕਿੰਨਿਆਂ ਬੰਦਿਆਂ ਨੇ ਕੇਸ ਰੱਖ ਲਏ, ਇਹ ਨਹੀਂ ਪੁੱਛਦੇ ਹੁਣ। ਸਾਡੀਆਂ ਵੀ ਗੱਲਾਂ ਇਹ ਹੀ ਹੁੰਦੀਆਂ, ਕਿੰਨੇ ਵੀਕ ਉੱਥੇ ਲਾਏ, ਕਿੰਨੇ ਕੁ ਦੀ ਸਟੇਜ ਆ, ਹਰ ਬੰਦਾ ਫਸਿਆ ਪਿਆ ਹੈ, ਆਖੋ ਵਾਹਿਗੁਰੂ। ਸਮਝ ਨਾ ਭਰੀ ਵਿਖੇ ਰਸ ਰਚਿਓ, ਜਸ ਹਰ ਕੋ ਬਿਸਰਾਇਓ, ਸੰਗ ਸੁਆਮੀ ਸੋ ਜਾਣਿਓ ਨਾਹਨ। 24 ਘੰਟੇ ਰੱਬ ਨਾਲ ਰਹਿਣ ਵਾਲਾ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਜਿਹੜਾ ਪਰਛਾਵਾਂ ਹੈ, ਤੁਸੀਂ ਮੈਨੂੰ ਦੱਸੋ ਪੁੱਤ, ਪਰਛਾਵਾਂ ਬੰਦੇ ਤੋਂ ਕਦੀ ਦੂਰ ਹੋਇਆ? ਬੋਲੋ। ਜਿਹੜਾ 24 ਘੰਟੇ ਨਾਲ ਰਹਿੰਦਾ ਹੈ ਰੱਬ, ਉਹਨੂੰ ਇਹ ਭੁੱਲਿਆ ਬੈਠਾ ਹੈ? ਸੰਗ ਸੁਆਮੀ ਸੋ ਜਾਣਿਓ ਨਾਹਨ, ਇਤਰਾਂ ਪਿਆਰ ਨਾਲ ਪੜ੍ਹੋ, ਬੋਲੋ ਇੱਕ ਵਾਰ ਭਲਾ। ਉਤਰਾ ਰੋਜ਼ ਪੜ੍ਹਦਾ ਹੈ ਗੁਰਮੇਰ ਸੰਗ, ਅਤੇ ਬਿਊਟੀ ਪਾਰਲਰ 'ਤੇ ਵੀ ਚੱਲਿਆ ਜਾਂਦਾ ਹੈ। ਸਾਰਾ ਦਿਨ ਫੇਸਬੁੱਕ ਵੀ ਵੇਖਦਾ ਹੈ, ਨਾਲ ਇਹ ਵੀ ਰਿਟਰਨ ਕਰਦਾ ਗੁਰਮੇਰ ਸੰਗ, ਅਤੇ ਫਿਰ ਕਹਿੰਦਾ ਜੀ ਇਹ ਸਜ਼ਾ ਮੈਨੂੰ ਕਾਹਦੀ ਮਿਲੀ, ਨਹੀਂ ਪਤਾ ਲੱਗਾ। ਇਹ ਜਿਹੜੀ ਮੈਨੂੰ ਤੁਸੀਂ ਸਜ਼ਾ ਦਿੱਤੀ ਮਹਾਰਾਜ, ਘਰ ਵਿੱਚ ਕਲੇਸ਼ ਪਿਆ ਹੈ, ਕਾਹਦਾ ਮਿਲ ਗਈ, ਕਾਹਦੀ ਸਜ਼ਾ ਮਿਲ ਗਈ? ਆਪਣੇ ਆਪ ਨੂੰ ਨਹੀਂ ਪੁੱਛਦਾ ਵੀ ਉਹ ਕਿਤੇ ਦੂਰ ਥੋੜ੍ਹਾ, ਤੂੰ ਹੀ ਤਾਂ ਕਹਿੰਦਾ ਸੀ ਮੇਰੇ ਨਾਲ ਬੈਠਾ ਹੈ। ਸੋ ਸਤਿਗੁਰ ਪਿਆਰਾ ਮੇਰੇ, ਉਹਨੇ ਤੈਨੂੰ ਬਾਣੀ ਦੀ ਜਗ੍ਹਾ 'ਤੇ ਫੇਸਬੁੱਕ 'ਤੇ ਖੇਡਦਿਆਂ ਵੇਖਿਆ, ਉਹਨੇ ਕਿਹਾ ਚੰਗਾ ਜੋ ਜੈਸਾ ਬੀਜੇ ਸੋ ਲਾਉਣੇ ਕਰਮਾ ਸੁੰਦਰਾ ਖੇਡ, ਮੈਂ ਕੋਲ ਹੋ ਕੇ ਵੀ ਤੇਰੇ ਕੋਲ ਨਹੀਂ ਰਿਹਾ। ਜੇ ਤੂੰ ਕਿਤੇ ਮੈਨੂੰ ਸਮਝ ਦਿਓ ਵੀ ਮੇਰੇ ਕੋਲ ਆ, ਸੱਚਮੁੱਚ ਤੂੰ ਕਦੀ ਫੇਸਬੁੱਕ 'ਤੇ ਨਾ ਬਹਿਨੋ, ਜਿੰਨੇ ਤੇਰੇ ਸਵਾਸ ਸੀ ਤੂੰ ਜਪ ਦਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਪੇ ਤੇਰੇ ਮਨੁੱਖਾ ਜਨਮ ਦਾ ਭਲਾ ਹੋ ਜਾਂਦਾ। ਆਖੋ ਵਾਹਿਗੁਰੂ। ਸੰਗ ਸੁਆਮੀ ਸੋ ਜਾਣਿਓ ਨਾਹਨ, ਬਨ ਖੋਜਣ ਕੋ ਧਾਇਓ, ਭੱਜ ਗਿਆ ਜੰਗਲਾਂ ਦੇ ਵਿੱਚ ਰੱਬ ਨੂੰ ਲੱਭਣ ਨੂੰ। ਰਤਨ ਰਾਮ ਘੱਟ ਹੀ ਕੇ ਭੀਤਰ, ਉਹ ਵਾਹਿਗੁਰੂ ਅੰਦਰ ਹੀ ਸੀ, ਘੱਟ ਹੀ ਕੇ ਤੁਸੀਂ ਰੋਜ਼ ਪੜ੍ਹਦੇ ਹੋ, ਆਖੋ ਵਾਹਿਗੁਰੂ।
ਗੱਜ ਕੇ ਬੋਲਿਆ ਕਰੋ, 2 ਮਿੰਟ ਮੇਰੇ ਬਾਕੀ, ਧਿਆਨ ਨਾਲ ਸੁਣੋ। ਗੁਰਪ੍ਰਸਾਦੀ ਬੋਲੋ, ਜਿਨੀ ਅੰਤਰ ਪਾਇਆ। ਅਰਥ ਕਰ ਲੋਗੇ, ਗੁਰੂ ਦੀ ਕਿਰਪਾ ਨਾਲ ਜਿਹੜੇ ਅੰਦਰ ਆ ਗਏ ਆਪਣੇ, ਇੱਥੇ ਵੀ ਲਿਖਿਆ ਨਾ, ਰਤਨ ਰਾਮ ਘੱਟ ਹੀ ਕੇ ਪਿੱਤਰ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਸੁਰਤ ਅੰਦਰ ਆ ਗਈ, ਅਤੇ ਅੰਦਰ ਆਣ ਕੇ ਵੇਖ ਲਿਆ ਖਜ਼ਾਨੇ। ਸੋ ਅੰਤਰ ਬਾਹਰ ਸੁਹੇਲਾ ਜੀਓ, ਸੋ ਅੰਤਰ ਬਾਹਰ। ਵੇਖੋ, ਇੱਕ ਤਾਂ ਮੈਂ ਕਹਿ ਕੇ ਤੁਹਾਨੂੰ ਘੁਮਾਉਣ ਡਿਆਂ, ਅਤੇ ਜੇ ਤੁਸੀਂ ਕਹਿ ਵੀ ਲਓਗੇ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ, ਕਿਉਂਕਿ ਚਾਹ ਨਹੀਂ ਅੰਦਰ ਆ ਰਿਹਾ। ਚਾਹ ਪੈਦਾ ਕਰੋ, ਕੀ ਕਹਿ ਰਿਹਾ ਦਾਸ? ਗੁਰਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਹਰ ਬੰਦੇ ਬਾਹਰ ਨੂੰ ਭੱਜੇ ਫਿਰਦੇ, ਆ ਬਣ ਖੋਜਣ ਕੋ ਤਾਂ ਇਹਦੀ ਗੱਲ ਕੀਤੀ ਨਾ, ਬਾਹਰ ਭੱਜੇ ਫਿਰਦੇ। ਮੇਰਾ ਗੁਰੂ ਕਹਿੰਦਾ, ਗੁਰੂ ਦੀ ਜੇ 'ਤੇ ਕਿਰਪਾ ਹੋਈ ਤਾਂ ਜਿਨ੍ਹਾਂ ਨੇ ਅੰਦਰ ਚਲੇ ਗਏ, ਕਿੱਥੇ? ਅੰਦਰ ਖਜ਼ਾਨਾ ਬੜਾ ਹੈ ਨਾ, ਉਹਨਾਂ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਅੰਦਰ ਖਜ਼ਾਨਾ ਹੈ। ਜਿਹੜੇ ਅੰਦਰ ਗਏ ਸੱਚਮੁੱਚ ਐਸਾ ਧਨ ਲੈ ਕੇ ਆਏ, ਸੋ ਅੰਤਰ ਬਾਹਰ ਸੁਹੇਲਾ ਜੀਆ। ਫਿਰ ਉਹਨਾਂ ਦਾ ਅੰਦਰ ਵੀ ਸੁਹੇਲਾ ਹੋ ਗਿਆ ਅਤੇ ਉਹਨਾਂ ਦਾ ਬਾਹਰ ਵੀ ਸੁਹੇਲਾ। ਰਤਨ ਰਾਮ ਕਟ ਹੀ ਕੇ ਪੀਤਰ, ਤਾਕੋ ਗਿਆਨ ਨਾ ਪਾਇਓ, ਜਨ ਨਾਨਕ ਭਗਵੰਤ ਭਜਨ ਬਿਨ। ਬੋਲੋ ਹਾਂ, ਜਨ ਨਾਨਕ ਬਿਰਥਾ ਜਨਮ ਗਵਾਇਓ, ਬਿਰਥਾ ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ। ਸਾਰਾ ਮਾਇਆ ਦਾ ਪਵਾੜਾ ਇਸ ਸ਼ਬਦ ਵਿੱਚ ਦੱਸਿਆ। ਭੁੱਲਿਓ ਮਨ ਮਾਇਆ, ਉਰਜਾਇਓ, ਉਲਝਿਆ ਪਿਆ ਸੱਚਮੁੱਚ ਹੀ। ਮੈਂ ਪੁੱਛਾਂ, ਤੁਸੀਂ ਮੈਨੂੰ ਪੁੱਛੋ ਕਿਹਦੀ ਗੱਲ ਕਰ ਰਹੇ ਹੋ, ਅਤੇ ਜੇ ਮੇਰੇ ਚੰਗੇ ਭਾਗ ਹੋਣ ਤਾਂ ਮੈਂ ਕਹਾਂ ਮੈਂ ਆਪਣੀ ਗੱਲ ਕਰ ਰਿਹਾ। ਮੇਰਾ ਮਨ ਉਲਝਿਆ ਪਿਆ, ਸੱਚ ਦੱਸਦਾ ਜਾਣੇ, ਸੱਚ ਸਭਨਾ ਹੋਏ ਦਾਰੂ। ਸੱਚਮੁੱਚ ਹੀ ਆਪਣੀ ਪੁਜੀਸ਼ਨ ਗੁਰੂ ਦੇ ਅੱਗੇ ਅਤੇ ਸੰਗਤ ਅੱਗੇ ਰੱਖ ਦੇਣੀ ਚਾਹੀਦੀ। ਸੰਗਤ ਵਿੱਚ ਰੱਬ ਬੈਠਾ ਵਾ, ਤੁਸੀਂ ਸੱਚੇ ਦਿਲੋਂ ਕਹੋਗੇ ਨਾ ਵੀ ਪਰਮਜੀਤ ਸਿੰਘ, ਇਹ ਮੈਂ ਦੱਸਾਂ ਸਤਸੰਗ ਜੀ, ਇਹ ਮੇਰੀ ਅਵਸਥਾ ਹੈ, ਮੇਰਾ ਮਨ ਹੀ ਉਲਝਿਆ ਪਿਆ ਹੈ, ਅਤੇ ਹੋ ਸਕਦਾ ਤੁਸੀਂ ਅਸੀਸ ਦੇ ਦਿਓ ਅਤੇ ਮੇਰਾ ਭਲਾ ਹੋ ਜਾਏ। ਬਹੁਤ ਸਗਾ ਦੇ ਉੱਤੇ, ਬਹੁਤ ਜਗ੍ਹਾ ਦੇ ਉੱਤੇ ਬੰਦਾ ਆਪਣੇ ਆਪ ਨੂੰ ਛੁਪਾਉਂਦਾ ਹੈ, ਸਤਸੰਗਤ ਨੂੰ ਤੋੜੀ ਜਾਂਦਾ। ਤੁਸੀਂ ਮਾਇਆ ਪਿੱਛੇ ਭੱਜੇ ਫਿਰਦੇ, ਮੈਂ ਕਹਿੰਦੇ ਪਿੱਛੇ ਭੱਜਿਆ ਫਿਰਦਾ। ਉੱਠਦਿਆਂ ਹੀ ਅੱਜ ਮੈਂ ਅੰਮ੍ਰਿਤ ਵੇਲੇ ਇਹਨੂੰ ਕਿਹਾ ਸੀ, ਇੱਕ ਅਫੀਮਚੀ ਬੰਦਾ, ਅਫੀਮਚੀ ਬੰਦੇ ਦਾ ਇਲਾਜ ਨਹੀਂ ਕਰ ਸਕਦਾ, ਅਤੇ ਨਾ ਉਹ ਕਹੂਗਾ ਵੀ ਭਾਈ ਅਫੀਮ ਨਾ ਖਾਇਆ ਕਰੋ, ਅਸਰ ਪੈਣਾ ਹੈ। ਕੀ ਕਿਹਾ ਮੈਂ, ਤੈਨੂੰ ਪਤਾ ਲੱਗਾ? ਇੱਕ ਅਫੀਮ ਖਾਣ ਵਾਲਾ ਬੰਦਾ ਕਿਸੇ ਨੂੰ ਕਹੇ ਅਫੀਮ ਨਾ ਖਾਇਆ ਕਰੋ, ਅਸਰ ਪੈ ਜੂ? ਜੇ ਮੈਂ ਖੁਦ ਭੁੱਖਾ ਵਾਂ ਤਾਂ ਤੁਹਾਨੂੰ ਕਿਤਨਾ ਕਹਿ ਸਕਦਾ ਮਾਇਆ ਦੇ ਪ੍ਰਭਾਵ ਤੋਂ ਬਚੋ। ਮਾਇਆ ਦੇ ਪ੍ਰਭਾਵ ਤੋਂ ਬਚਣ ਵਾਲੇ ਜਿਹੜੇ ਗੁਰਮੁਖ ਪਿਆਰੇ ਸੀ, ਇੱਕ ਵਾਰ ਕਿਸੇ ਨੂੰ ਕਹਿ ਦਿੰਦੇ। ਬਾਬਾ ਅਤਰ ਸਿੰਘ ਸਾਹਿਬ ਨੇ, ਇੱਕ ਬੱਚਾ ਸ਼ਰਾਬ ਨਹੀਂ ਸੀ ਛੱਡਦਾ, ਬੜੇ ਬੜੇ ਗਿਆਨੀਆਂ ਕੋਲੋਂ ਅਰਦਾਸਾਂ ਕਰਾਈਆਂ। ਬਾਬਾ ਅਤਰ ਸਿੰਘ ਨੂੰ ਕਿਹਾ, ਇੱਕ ਮੇਰਾ ਬੱਚਾ ਹੈ, ਅਰਬਾਂ ਰੁਪਈਆਂ ਦੀ ਜਾਇਦਾਦ ਹੈ 78 ਵਿੱਚ, 78 ਵਿੱਚ, ਅਤੇ ਬਾਬਾ ਜੀ ਤੁਸੀਂ ਦੱਸਿਓ ਮੈਨੂੰ 78 'ਚ ਦੱਸੀ ਇਹ ਗੱਲ ਵੀ ਇੱਥੇ ਬੰਗਲਾ ਸਾਹਿਬ ਮੱਥਾ ਟੇਕਣਾ ਸੀ ਬਾਬਾ ਜੀ। ਅਤੇ ਉਹਨਾਂ ਨੇ ਦੱਸਿਆ ਵੀ ਇਹ ਮੇਰਾ ਬੱਚਾ ਸ਼ਰਾਬ ਨਹੀਂ ਛੱਡਦਾ, ਗਿਆਨੀਆਂ ਕੋਲੋਂ ਕਰੋੜ ਵਾਰ ਰਖਵਾ ਲਿਆ। ਬਾਬੇ ਨੇ ਇੱਕ ਵਾਰ ਮੋਢੇ 'ਤੇ ਹੱਥ ਰੱਖਿਆ, ਕਿਹਾ ਪੁੱਤ ਸ਼ਰਾਬ ਛੱਡ ਦੇ। ਸਾਰਾ ਜੀਵਨ ਉਹਨੇ ਸ਼ਰਾਬ ਨੂੰ ਸੁਪਨੇ 'ਚ ਵੀ ਨਹੀਂ ਵੇਖਿਆ। ਗੁਰੂ ਕੇ ਸਿੱਖੋ, ਜੀਵਨ ਬੜਾ ਅਸਰ ਪਾਉਂਦਾ ਹੈ। ਗੁਰੂ ਕਿਰਪਾ ਕਰੇ, ਸਾਨੂੰ ਜੀਵਨ ਬਖਸ਼ੇ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ।
27 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਾਰੇ ਭੈਣ ਭਰਾ ਲਾਗੇ ਚਾਗੇ ਮੈਸੇਜ ਦਿਓ ਵੀ ਭਾਈ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਜਿਹਨੇ ਜਿਹਨੇ ਨਹੀਂ ਛਕਿਆ, ਜਿਹਨਾਂ ਛਕਿਆ ਤਾਂ ਕਿਤੇ ਭੁੱਲ ਹੋ ਗਈ ਆ, ਉਹ ਆਣ ਕੇ ਬਖਸ਼ਾ ਲਓ। ਸਵੇਰੇ 9 ਵਜੇ ਇਹ ਭੰਡਾਰ ਗੋਬਿੰਦ ਦਾ ਖੁੱਲ੍ਹਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।